ਗੁਰੂ ਨਾਨਕ ਖਾਲਸਾ ਕਾਲਜ ਜੋ ਕਿ ਕਰਨਾਲ ਹਰਿਆਣਾ ਵਿਖੇ ਸਥਿਤ ਹੈ। ਇਹ ਕਾਲਜ ਆਪਣੇ ਇਲਾਕੇ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਮੱਲਾ ਮਾਰ ਰਿਹਾ ਹੈ। ਕਾਲਜ ਵਿਖੇ ਅੱਜ ਦੇ ਟਾਈਮ ਦੀ ਹਰ ਤਰੀਕੇ ਦੀ ਮਾਡਰਨ ਫੈਸਿਲਿਟੀ ਉਪਲਬਧ ਹੈ। ਇੱਥੋਂ ਦਾ ਸਟਾਫ ਹਮੇਸ਼ਾ ਹੀ ਬੱਚਿਆਂ ਨੂੰ ਸਿੱਖਿਆ ਦੇਣ ਲਈ ਤਿਆਰ ਰਹਿੰਦਾ ਹੈ। ਕਾਲਜ ਦੇ ਪ੍ਰਿੰਸੀਪਲ ਡਾਕਟਰ ਸੁਰਿੰਦਰਪਾਲ ਸਿੰਘ ਜੀ ਹਮੇਸ਼ਾ ਹੀ ਸਟਾਫ ਨੂੰ ਆਪਣਾ ਪੂਰਾ ਸਹਿਯੋਗ ਦਿੰਦੇ ਹਨ। ਬੀਤੇ ਦਿਨ ਸਾਡੀ ਟੀਮ ਨੇ ਕਾਲਜ ਦਾ ਦੌਰਾ ਕੀਤਾ। ਪੇਸ਼ ਹੈ ਪੰਜਾਬ ਪਲੱਸ ਦੀ ਟੀਮ ਵੱਲੋਂ ਇੱਕ ਰਿਪੋਰਟ। ਪ੍ਰਿੰਸੀਪਲ ਸਾਹਿਬ, ਵਿੱਦਿਆ ਦਾ ਦਾਨੀ ਇਹ ਕਾਲਜ ਜਿਹੜਾ ਕਿ ਪਿਛਲੇ ਲੰਬੇ ਸਮੇਂ ਤੋਂ ਸੇਵਾ ਦਾ ਕੇਂਦਰ ਬਣ ਚੁੱਕਿਆ ਹੈ ਔਰ ਲੋਕਾਂ 'ਚ ਇੱਕ ਐਸੀ ਧਾਰਮਿਕ ਭਾਵਨਾ ਜਿਹੜੀ ਹੈਗੀ ਆ ਉਹ ਪੈਦਾ ਕਰਕੇ ਉਹਨਾਂ ਨੂੰ ਇੱਕ ਅੱਛੇ ਇਨਸਾਨ ਬਣਾ ਰਿਹਾ ਹੈ। ਤੁਸੀਂ ਇਸ ਕਾਲਜ ਦੇ ਐਜ ਏ ਪ੍ਰਿੰਸੀਪਲ ਸੇਵਾ ਕਰ ਰਹੇ ਹੋ, ਕੀ ਕਹਿਣਾ ਚਾਹੋਗੇ? ਜਿਸ ਤਰ੍ਹਾਂ ਕਿ ਇਸ ਕਾਲਜ ਦੇ ਸੰਬੰਧ ਹੈ, ਪਿਛਲੇ ਲਗਭਗ 40 ਸਾਲ ਤੋਂ ਜਿਹੜਾ ਸਾਡਾ ਕਾਲਜ ਹੈ ਉਹ ਇਸ ਇਲਾਕੇ ਦੇ ਵਿਦਿਆਰਥੀਆਂ ਦੀ, ਬੱਚਿਆਂ ਦੀ ਸੇਵਾ ਕਰ ਰਿਹਾ ਔਰ ਵਿੱਦਿਆ ਦੇ ਖੇਤਰ ਵਿੱਚ, ਧਾਰਮਿਕ ਖੇਤਰ ਵਿੱਚ, ਖੇਡਾਂ ਦੇ ਖੇਤਰ ਵਿੱਚ, NCC, NSS ਹਰ ਖੇਤਰ ਵਿੱਚ ਸਾਡੇ ਕਾਲਜ ਨੇ ਪਿਛਲੇ ਸਾਲਾਂ ਵਿੱਚ ਕਾਫੀ ਮੱਲਾਂ ਮਾਰੀਆਂ ਨੇ। ਇਸ ਕਾਲਜ ਵਿੱਚ ਲਗਭਗ 1900 ਦੇ ਕਰੀਬ ਵਿਦਿਆਰਥੀ ਪੜ੍ਹਦੇ ਨੇ ਔਰ 6 PG ਕੋਰਸਿਸ ਨੇ, ਬਾਕੀ BA, BSc, BCOM, BTM, BSc ਨੋਨ ਮੈਡੀਕਲ ਇਹ ਕੋਰਸਿਸ ਅਸੀਂ ਚਲਾ ਰਹੇ ਹਾਂ ਔਰ ਇਹਨਾਂ ਦੇ ਵਿੱਚ ਜਿਹੜੇ ਸਾਡੇ ਵਿਦਿਆਰਥੀ ਨੇ ਪਿਛਲੇ ਜੇ ਅਸੀਂ ਇਸ ਸਾਲ ਦੇਖੀਏ ਤਾਂ ਸਾਡੀਆਂ 2 ਗੋਲਡ ਮੈਡਲਿਸਟ ਨੇ ਸਾਡੇ ਇਸ ਸਾਲ, ਜਿਹਦੇ 'ਚ ਇੱਕ ਕੰਪਿਊਟਰ ਸਾਇੰਸ ਵਿੱਚ ਇੱਕ ਬੱਚੀ ਮੈਡਲਿਸਟ ਹੈ, ਗੋਲਡ ਮੈਡਲਿਸਟ ਹੈ ਔਰ ਇੱਕ ਮੈਥਮੈਟਿਕਸ ਵਿੱਚ। PG ਕੋਰਸ ਵਿੱਚ ਬੱਚੇ ਵਿਦਿਆਰਥੀ ਜਿਹੜੇ ਨੇ ਉਹ ਯੂਨੀਵਰਸਿਟੀ ਦੇ ਨਾਲੋਂ ਜਾਂ ਹੋਰ ਕਾਲਜ ਨਾਲੋਂ ਸਾਡੇ ਕਾਲਜ 'ਚ ਐਡਮਿਸ਼ਨ ਲੈਣਾ ਜ਼ਿਆਦਾ ਪਸੰਦ ਕਰਦੇ ਨੇ ਕਿਉਂਕਿ ਸਾਡੇ ਰਿਜ਼ਲਟਸ ਬਹੁਤ ਅੱਛੇ ਨੇ ਇਸ ਦੇ ਵਿੱਚ। ਇਸ ਦੇ ਲਈ ਮੈਂ ਸਮਝਦਾ ਕਿ ਜਿਹੜੀ ਸਾਡੀ ਮੈਨੇਜਮੈਂਟ ਹੈ ਉਹਦਾ ਬਹੁਤ ਵੱਡਾ ਭਾਰੀ ਸਹਿਯੋਗ ਹੈ, ਇਸ ਦੇ ਲਈ ਬੜੇ ਪੋਜ਼ਿਟਿਵ ਨੇ ਉਹ। ਮੇਰਾ ਸਟਾਫ, ਮੇਰੇ ਕਾਲਜ ਦੇ ਬੱਚੇ ਬਹੁਤ ਮਿਹਨਤੀ ਨੇ। ਇਹੀ ਕਾਰਨ ਹੈ ਕਿ ਜਿਹੜਾ ਸਾਡਾ ਕਾਲਜ ਹੈ ਉਹ ਹਰਿਆਣਾ ਜਿਹੜੇ ਪਹਿਲੇ ਮੁੱਢਲੀ ਕਲਾਸ ਦੇ ਜਿਹੜੇ ਕਾਲਜ ਨੇ ਉਹਨਾਂ ਵਿੱਚੋਂ ਇੱਕ ਹੈ। ਸਰ, ਇੱਕ ਵਾਹਿਦ ਕਾਲਜ ਜਿਹੜਾ ਕੇਵਲ ਵਿੱਦਿਆ ਦਾ ਦਾਨ ਹੀ ਨਹੀਂ, ਉਹਦੇ ਨਾਲ ਨਾਲ ਜਿਸ ਤਰੀਕੇ ਨਾਲ ਤੁਸੀਂ ਦੱਸਿਆ ਕਿ ਅਕੈਡਮਿਕਸ ਦੇ ਵਿੱਚ, ਕਲਚਰਲ ਐਕਟੀਵਿਟੀਜ਼ ਦੇ ਵਿੱਚ, ਗੇਮ ਦੇ ਵਿੱਚ, ਆਲਰਾਊਂਡਿੰਗ ਡਿਵੈਲਪਮੈਂਟ ਇੱਥੇ ਹੈ ਕਾਲਜ ਦੇ ਵਿੱਚ ਔਰ ਕਿੱਦਾਂ ਤੁਸੀਂ ਜਿਹੜਾ ਇਹ ਅਦਾਰਾ ਜਿਹੜਾ ਕਿ ਅੱਜ ਇੱਕ ਐਸਾ ਅਦਾਰਾ ਜਿਹੜਾ ਕਮਰਸ਼ਲਾਈਜੇਸ਼ਨ ਨਹੀਂ ਹੈ, ਜਿੱਥੇ ਵਿੱਦਿਆ ਨੂੰ ਦਾਨ ਦੇ ਰੂਪ ਵਿੱਚ ਅੱਜ ਵੀ ਦਿੱਤਾ ਜਾ ਰਿਹਾ ਔਰ ਮੈਨੇਜਮੈਂਟ ਦਾ ਜਿਹੜਾ ਸਲੋਗਨ ਹੀ ਇਹ ਹੈ ਕਿ ਅਸੀਂ ਵਿੱਦਿਆ ਨੂੰ ਇੱਕ ਦਾਨ ਦੇ ਰੂਪ ਦੇ ਵਿੱਚ ਦੇਣਾ, ਉਹਦੇ ਬਾਰੇ ਕੀ ਕਹਿਣਾ? ਵਿੱਦਿਆ ਦੇ ਦਾਨ ਦੀ ਗੱਲ ਜਿਸ ਵਿੱਚ ਕੀਤੀ ਹੈ, ਅਸੀਂ ਹਰ ਸਾਲ ਸਾਡੇ ਇੱਕ ਫਾਊਂਡਰ ਪ੍ਰੈਜੀਡੈਂਟ ਸਰਦਾਰ ਤਾਰਾ ਸਿੰਘ ਜੀ, ਜਿਨ੍ਹਾਂ ਨੇ ਲਗਭਗ 40 ਸਾਲ ਇਸ ਕਾਲਜ ਦੀ ਨਿਸ਼ਕਾਮ ਸੇਵਾ ਕੀਤੀ, ਉਹਨਾਂ ਦੇ ਨਾਂ 'ਤੇ ਅਸੀਂ ਇੱਕ ਸਰਦਾਰ ਤਾਰਾ ਸਿੰਘ ਐਵਾਰਡ, ਐਕਸਲੈਂਸ ਅਵਾਰਡ ਸੈਰੇਮਨੀ ਸ਼ੁਰੂ ਕੀਤੀ ਹੋਈ ਕਾਫੀ ਸਾਲਾਂ ਤੋਂ, ਉਹਨਾਂ ਦੀ ਹੁੰਦੀਆਂ ਸ਼ੁਰੂ ਕਰ ਲਈ ਸੀ, ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਦੇ ਨਾਂ ਦੇ ਉੱਪਰ ਸ਼ੁਰੂ ਕਰ ਚਾਲੂ ਹੈ ਔਰ ਅਸੀਂ ਹਰ ਸਾਲ ਜਿੰਨੇ ਵੀ ਸਾਡੇ ਵਿਦਿਆਰਥੀ ਯੂਨੀਵਰਸਿਟੀ ਮੈਰਿਟ ਲਿਸਟ 'ਚ ਆਉਂਦੇ ਨੇ, ਖੇਡਾਂ ਵਿੱਚ ਮੱਲਾਂ ਮਾਰਦੇ ਨੇ, ਕਲਚਰ ਐਕਟੀਵਿਟੀਜ਼ ਵਿੱਚ ਹਿੱਸਾ ਲੈਂਦੇ ਨੇ, ਉਹਦੇ 'ਚ ਕੁਛ ਇਨਾਮ ਲੈ ਕੇ ਆਉਂਦੇ ਨੇ ਜਾਂ ਹੋਰ ਜਿਹੜੇ ਨੀਡੀ ਵਿਦਿਆਰਥੀ ਨੇ ਜਿਨ੍ਹਾਂ ਦੇ ਪੇਰੈਂਟਸ ਨਹੀਂ ਹੈਗੇ ਜਾਂ ਘਰੋਂ ਗਰੀਬ ਨੇ, ਫੀਸ ਨਹੀਂ ਭਰ ਸਕਦੇ, ਉਹਨਾਂ ਨੂੰ ਅਸੀਂ ਲਗਭਗ 2-2.5 ਲੱਖ ਰੁਪਏ ਦੇ ਕਰੀਬ ਅਸੀਂ ਹਰ ਸਾਲ ਇੱਕ ਫੰਕਸ਼ਨ ਕਰਕੇ ਪੂਰਾ ਉਹਨਾਂ ਨੂੰ ਅਸੀਂ ਸਨਮਾਨਿਤ ਕਰਦੇ ਹਾਂ ਔਰ ਕਮਾਲ ਦੀ ਗੱਲ ਇਹ ਹੈਗੀ ਹੈ ਕਿ ਉਸ 'ਤੇ ਦੀ ਜਿਹੜੀ ਰਕਮ ਹੈਗੀ ਹੈ, ਪੈਸਾ ਹੈਗਾ, ਉਹ ਕਾਲਜ 'ਤੇ ਬੋਝ ਨਹੀਂ ਪੈਂਦਾ, ਕਾਲਜ ਦੀ ਮੈਨੇਜਮੈਂਟ, ਕਾਲਜ ਦਾ ਸਟਾਫ ਅਤੇ ਹੋਰ ਸ਼ਹਿਰ ਦੇ
ਸੱਜਣ ਹੈਗੇ ਨੇ ਉਸ ਵਿੱਚ ਆਪਣਾ ਭਰਪੂਰ ਯੋਗਦਾਨ ਪਾਉਂਦੇ ਨੇ ਔਰ ਇਹ ਜਿਹੜੀ ਪਰੰਪਰਾ ਹੈਗੀ ਹੈ ਇਹ ਲਗਭਗ ਪਿਛਲੇ 20-25 ਸਾਲ ਤੋਂ ਨਿਰੰਤਰ ਹਰ ਸਾਲ ਜਿਹੜੀ ਹੈ ਉਹ ਚੱਲ ਰਹੀ ਹੈ। ਜਿਹੜਾ ਇੱਕ ਪ੍ਰਿੰਸੀਪਲ ਹੈ ਉਹ ਬੱਚਿਆਂ ਵਾਸਤੇ ਟੀਚਰਸ ਵਾਸਤੇ ਹਵਾ ਨਹੀਂ ਹੋਣਾ ਚਾਹੀਦਾ। ਸੋ ਇਹੀ ਕਾਰਨ ਇਸ ਨੂੰ ਮੁੱਖ ਰੱਖ ਕੇ ਮੈਂ ਤਾਂ ਇੱਕ ਵਿਸ਼ੇਸ਼ ਤੌਰ 'ਤੇ ਆਪਣੇ ਸਟਾਫ ਨੂੰ ਕਹਿੰਦਾ ਕਿਸੇ ਵੀ ਸਮੇਂ ਕਿਸੇ ਵੀ ਵਕਤ ਕੋਈ ਵੀ ਟੀਚਰ ਕੋਈ ਵੀ ਵਿਦਿਆਰਥੀ ਕੋਈ ਵੀ ਪੇਰੈਂਟਸ ਮੈਨੂੰ ਆ ਕੇ ਮਿਲ ਸਕਦਾ ਹੈ। ਕੋਈ ਵੀ ਸਮੱਸਿਆ ਹੈਗੀ ਹੈ ਅਸੀਂ ਉਹਨੂੰ ਪੂਰੀ ਤਰ੍ਹਾਂ ਹੱਲ ਕਰਨ ਲਈ ਯਤਨ ਕਰਦੇ ਹਾਂ ਮੈਂ ਵੀ ਔਰ ਮੇਰਾ ਸਾਰਾ ਸਟਾਫ ਵੀ ਸਾਰੇ ਜਿਹੜੇ ਸਾਡੇ ਟੀਚਰਸ ਹੈਗੇ ਨੇ ਉਹਨਾਂ ਦਾ ਬੱਚਿਆਂ ਦੇ ਨਾਲ ਇੱਕ ਬੜਾ ਅੱਛਾ ਕੋਆਰਡੀਨੇਸ਼ਨ ਹੈ ਔਰ ਬੜੀ ਅੱਛੀ ਇਹੀ ਕਾਰਨ ਹੈ ਕਿ ਸਾਡੇ ਕੋਲ 'ਚ ਡਿਸਿਪਲਨ ਹੈ ਇਹੀ ਕਾਰਨ ਹੈ ਕਿ ਜਿਹੜਾ ਸਾਡਾ ਕੋਲਜ ਹੈ ਉਹਦੇ ਰਿਜ਼ਲਟਸ ਅੱਛੇ ਨੇ ਉਹਦੇ 'ਚ ਜਿਹੜੇ ਹਰ ਖੇਤਰ ਵਿੱਚ ਜਿਹੜਾ ਹੈਗਾ ਉਹ ਤਰੱਕੀ ਕਰ ਰਿਹਾ ਇਹ ਬਹੁਤ ਵੱਡਾ। ਸਰ ਟਿਊਸ਼ਨ ਕਲਚਰ ਤੋਂ ਬਹੁਤ ਦੂਰ ਹੈ ਇਹ ਕੋਲਜ ਔਰ ਇਸ ਕੋਲਜ ਦੇ ਵਿੱਚ ਟੀਚਰ ਦਾ ਜਿਹੜੇ ਉਹਨਾਂ ਦਾ ਮਾਇੰਡ ਸੈਟਅਪ ਐਸਾ ਹੈ ਕਿ ਅਸੀਂ ਆਪਣੇ ਸਟੂਡੈਂਟਸ ਨੂੰ ਵੱਧ ਤੋਂ ਵੱਧ ਵਿੱਦਿਆ ਜਿਹੜੀ ਇੱਥੇ ਦੇਣੀ ਆ ਔਰ ਤੁਸੀਂ ਇਸ ਨੂੰ ਜੱਜ ਵੀ ਕਰਦੇ ਹੋ ਔਰ ਜਿਹੜੇ ਬੱਚੇ ਵੀਕ ਹੁੰਦੇ ਆ ਉਹਨਾਂ ਦੇ ਲਈ ਵੀ ਤੁਸੀਂ ਐਕਸਟਰਾ ਜਿਹੜਾ ਆਪਣਾ ਮਾਇੰਡ ਸੈਟਅਪ ਜਿਹੜਾ ਲਗਾਉਂਦੇ ਹੋ ਕਿ ਇਹ ਵੀ ਕਾਰਨ ਹੈਗਾ ਵੀ ਇਹ ਕੋਲਜ ਆ ਜਿਹੜਾ ਇਹਦਾ ਨਾਮ ਅੱਜ ਜਿੱਦਾਂ ਤੁਸੀਂ ਕਿਹਾ ਵੀ ਹਰਿਆਣੇ ਦੇ ਵਿੱਚੋਂ ਟੋਪ ਕੋਲਜਾਂ ਦਾ। ਹਾਂਜੀ ਬਿਲਕੁਲ ਠੀਕ ਹੈ ਤੁਹਾਡੀ ਗੱਲ। ਤੁਸੀਂ ਵਿਜ਼ਿਟ ਕਰੋਗੇ ਸਾਡਾ ਕੋਲਜ ਮੈਨੂੰ ਮਿਲਣ ਤੋਂ ਬਾਅਦ ਤੁਸੀਂ ਖੁਦ ਮਹਿਸੂਸ ਕਰੋਗੇ ਕਿ ਜਿਹੜੇ ਸਾਡੇ ਟੀਚਰਸ ਔਰ ਵਿਦਿਆਰਥੀ ਨੇ ਉਹ ਕਿੰਨੇ ਸੰਸੀਅਰ ਨੇ ਸਾਡੀਆਂ ਲੈਬਸ ਕਿੰਨੀਆਂ ਭਰੀਆਂ ਹੋਈਆਂ ਨੇ ਬੱਚੇ ਕਿਸ ਤਰ੍ਹਾਂ ਉਹਨਾਂ ਦੇ ਵਿੱਚ ਆਪਣਾ ਟੀਚਰ ਕਿਸ ਤਰ੍ਹਾਂ ਮਿਹਨਤ ਕਰਾ ਰਹੇ ਨੇ ਬੱਚਿਆਂ ਨੂੰ ਤੁਸੀਂ ਇਸ ਗੱਲ ਨੂੰ ਖੁਦ ਮਹਿਸੂਸ ਕਰੋਗੇ। ਸਰ ਸਾਂਝੀ ਵਾਰਤਾ ਦਾ ਪ੍ਰਤੀਕ ਇਹ ਖਾਲਸਾ ਕੋਲਜ ਜਿਹੜਾ ਕਿ ਹਰਿਆਣੇ ਦੇ ਵਿੱਚ ਸਥਿਤ ਹੈ ਪਰ ਅਸੀਂ ਦੇਖ ਰਹੇ ਹਾਂ ਚਾਹੇ ਉਹ ਹਿੰਦੂ ਆ ਚਾਹੇ ਉਹ ਸਿੱਖਾਂ ਦੇ ਬੱਚੇ ਆ ਚਾਹੇ ਉਹ ਇਸਾਈਆਂ ਦੇ ਚਾਹੇ ਮੁਸਲਮਾਨਾਂ ਦੇ ਆ ਉਹਨਾਂ 'ਚ ਬੜੀ ਤੀਬਰ ਭਾਵਨਾ ਹੈ ਔਰ ਇਸ ਗੱਲ ਲਈ ਤੁਸੀਂ ਜਿਹੜਾ ਇੱਕ ਸਾਂਝੀ ਵਾਰਤਾ ਦਾ ਪ੍ਰਤੀਕ ਵੀ ਦੇ ਰਹੇ ਹੋ ਕੀ ਕਹਿਣਾ ਚਾਹੋਗੇ? ਇਸ ਕੋਲਜ ਹਰ ਜਾਤ ਹਰ ਧਰਮ ਦਾ ਜਿਹੜਾ ਬੱਚਾ ਹੈਗਾ ਉਹ ਐਡਮਿਸ਼ਨ ਲੈ ਸਕਦਾ ਉਹਦੇ ਲਈ ਕੋਈ ਕਿਸੇ ਤਰ੍ਹਾਂ ਦੀ ਕੋਈ ਮਨਾਹੀ ਨਹੀਂ ਹੈ। ਹਰ ਧਰਮ ਦਾ ਜਿਹੜਾ ਟੀਚਰ ਹੈ ਉਹ ਸਾਡੇ ਨਾਲ ਆ ਕੇ ਇੱਥੇ ਕੰਮ ਕਰ ਸਕਦਾ ਇਸ ਕਿਸੇ ਤਰ੍ਹਾਂ ਦੀ ਕੋਈ ਮੈਨੇਜਮੈਂਟ ਵੱਲੋਂ ਕੋਈ ਇਸ ਤਰ੍ਹਾਂ ਦੀ ਕੋਈ ਬੰਦਿਸ਼ ਨਹੀਂ ਹੈ ਸਗੋਂ ਉਲਟਾ ਇਸ ਗੱਲ ਨੂੰ ਇਨਕਰੇਜ ਕੀਤਾ ਜਾਂਦਾ ਟੈਲੈਂਟ ਵੇਖਿਆ ਜਾਂਦਾ ਜਦੋਂ ਵੀ ਟੀਚਰਸ ਦੀ ਸਿਲੈਕਸ਼ਨ ਹੁੰਦੀ ਹੈ ਉਹਦੀ ਟੈਲੈਂਟ ਵੇਖਿਆ ਜਾਂਦਾ ਕਿ ਕਿਹੜਾ ਟੀਚਰ ਜਿਹੜਾ ਹੈਗਾ ਉਹ ਇੰਟੈਲੀਜੈਂਟ ਔਰ ਕਿਹੜਾ ਕੰਮ ਟੀਚਰ ਕੀ ਕੰਮ ਕਰ ਸਕਦਾ ਉਸ ਨੂੰ ਮੁੱਖ ਰੱਖ ਕੇ ਉਹਦੀ ਸਿਲੈਕਸ਼ਨ ਹੁੰਦੀ ਹੈ ਨਹੀਂ ਕਿ ਉਹਦੀ ਜਾਤ ਧਰਮ ਜਾਂ ਮਜ਼ਹਬ ਨੂੰ ਮੁੱਖ ਰੱਖ ਕੇ ਇਹੋ ਜਿਹੀ ਕੋਈ ਕਹੀ ਜਾਂਦੀ ਇਹੋ ਜਿਹੀ ਕੋਈ ਸਮੱਸਿਆ ਨਹੀਂ। ਸਰ ਅਸੀਂ ਚਾਹਾਂਗੇ ਕਿ ਜਿਹੜੇ ਵੀ ਕੋਲਜਾਂ ਦੇ ਪ੍ਰਿੰਸੀਪਲ ਜਾਂ ਹੋਰ ਲੋਕ ਜਿਹੜੇ ਹੈਗੇ ਆ ਇਸ ਚੈਨਲ ਦੇ ਮਾਧਿਅਮ 'ਤੇ ਦੇਖ ਰਹੇ ਨੇ ਉਹ ਵੀ ਇੱਕ ਨਵੀਂ એનર્ਜੀ ਲੈ ਕੇ ਔਰ ਵਿੱਦਿਆ ਨੂੰ ਜਿਸ ਤਰੀਕੇ ਨਾਲ ਦਾਨ ਦੇ ਰੂਪ ਦੇ ਵਿੱਚ ਜਿਸ ਤਰੀਕੇ ਦੇ ਨਾਲ ਵੈਲਿਊਜ਼ ਜਿਹੜੀਆਂ ਇੱਥੇ ਕੋਲਜ ਦਿੱਤੀਆਂ ਜਾਂਦੀਆਂ ਕਿਉਂਕਿ ਵਿੱਦਿਆ ਇੱਕ ਐਸੀ ਚੀਜ਼ ਆ ਜਿਹਦੇ ਨਾਲ ਹਰ ਬੰਦੇ ਨੇ ਜਿਹੜਾ ਹੈਗਾ ਜ਼ਿੰਦਗੀ ਦੇ ਵਿੱਚ ਇੱਕ ਵਧੀਆ ਇਨਸਾਨ ਬਣਨਾ ਔਰ ਲੋਕਾਂ ਦੀ ਸੇਵਾ ਕਰਨੀ ਹੈਗੀ ਆ ਜਿਹੜਾ ਇਹ ਖਾਲਸਾ ਕੋਲਜ ਕਰ ਰਿਹਾ। ਸਰ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮੱਚ। ਸ਼ੁਕਰੀਆ।
ਛੋਟਾ ਜਿਹਾ ਜਿਹੜਾ ਬੂਟਾ ਲਗਾਇਆ ਸੀਗਾ, ਅੱਜ ਸ਼ਾਨਦਾਰ ਪੇੜ ਦਾ ਰੂਪ ਧਾਰਨ ਕਰਕੇ ਇਸ ਇਲਾਕੇ ਨੂੰ ਖੁਸ਼ਬੂ ਦੇ ਰਿਹਾ। ਹਾਂਜੀ, ਕੀ ਕਹਿਣਾ ਚਾਹੋਗੇ ਤੁਸੀਂ? ਮੈਂ ਇਹ ਕਹਿਣਾ ਚਾਹੂੰਗਾ ਜੀ ਕਿ ਜਿਹੜੇ ਸਾਡੇ ਪਿਛਲੇ ਸਮੇਂ 'ਚ ਪ੍ਰਧਾਨ ਰਹੇ ਨੇ, ਜਿਹੜੇ ਫਾਊਂਡਰ ਪ੍ਰਧਾਨ ਸੀਗੇ ਸਰਦਾਰ ਉਜਾਗਰ ਸਿੰਘ ਬਸਰੀਚਾ ਸਾਹਿਬ, ਫਿਰ ਸਰਦਾਰ ਕਰਤਾਰ ਸਿੰਘ ਮਾਨ ਜੀ, ਉਦੋਂ ਬਾਅਦ ਮੇਰੇ ਵਾਲਿਦ ਸਾਹਿਬ ਸਰਦਾਰ ਤਾਰਾ ਸਿੰਘ ਜੀ, ਇਹਨਾਂ ਬਜ਼ੁਰਗਾਂ ਦੀ ਬੜੀ ਅਣਥੱਕ ਪ੍ਰਯਾਸ ਰਿਹਾ ਇਸ ਕਾਲਜ ਨੂੰ ਹਰ ਦਿਹਾੜੇ ਉੱਤੇ ਚੱਕਣ ਲਈ। ਔਰ ਤਿੰਨਾਂ ਜਿਹੜੇ ਪੂਰਵ ਪ੍ਰਧਾਨ ਰਹੇ ਨੇ ਉਹਨਾਂ ਨੇ ਬਹੁਤ ਹੀ ਨਿਸ਼ਪਕਸ਼ ਮਿਹਨਤ ਕੀਤੀ ਹੈ। ਕੁਝ ਸਮੇਂ ਇੱਦਾਂ ਦਾ ਸੀਗਾ ਉਸ ਵੇਲੇ ਜਦੋਂ 10 ਰੁਪਏ ਦੀ ਵੀ ਬੜੀ ਵੱਡੀ ਵੈਲਿਊ ਹੁੰਦੀ ਸੀਗੀ, ਪਿੰਡਾਂ 'ਚ ਜਾ ਕੇ ਬੜੇ ਨੀਵੇਂ ਪੱਧਰ 'ਤੇ ਕੁਲੈਕਸ਼ਨ ਕਰਕੇ ਇਸ ਕਾਲਜ ਦੀ ਇੱਕ ਇੱਕ ਇੱਟ ਖੜੀ ਕੀਤੀ ਗਈ। ਮੈਨੂੰ ਤਾਂ ਆਪਣਾ ਸਰਦਾਰ ਸੁਰਿੰਦਰਪਾਲ ਸਿੰਘ ਜੀ ਨੂੰ, ਪ੍ਰਿੰਸੀਪਲ ਸਾਹਿਬ ਨੂੰ, ਸਾਨੂੰ ਸਭ ਕੁਝ ਬਣਿਆ ਬਣਾਇਆ ਮਿਲਿਆ ਇੱਥੇ, ਅਸੀਂ ਇਹਨੂੰ ਸਿਰਫ ਕੈਰੀ ਫਾਰਵਰਡ ਕਰ ਰਹੇ ਹਾਂ। ਔਰ ਬੜੀ ਨਿਸ਼ਠਾ ਨਾਲ, ਇਮਾਨਦਾਰੀ ਨਾਲ, ਬੜੇ ਸੁਚੱਜੇ ਜਿਹੇ ਢੰਗ ਦੇ ਨਾਲ ਸਾਰੇ ਸਟਾਫ ਨੂੰ, ਸਾਰੇ ਸ਼ਹਿਰ ਦੇ ਲੋਕਾਂ ਨੂੰ, ਸਾਰੇ ਸ਼ਹਿਰ ਦੇ ਪਤਵੰਤੇ ਸੱਜਣਾਂ ਨੂੰ ਨਾਲ ਲੈ ਕੇ, ਔਰ ਸਭ ਤੋਂ ਵੱਡਾ ਯੋਗਦਾਨ ਜਿਹੜਾ ਹੈਗਾ ਉਹ ਸਾਡੇ ਟੀਚਿੰਗ ਸਟਾਫ ਦਾ ਹੈ। ਬਹੁਤ ਸਮਾਂ ਸਾਡੇ ਟੀਚਿੰਗ ਸਟਾਫ ਨੇ ਬਹੁਤ ਮਾੜਾ ਸਮਾਂ ਦੇਖਿਆ, ਮਗਰ ਅੱਜ ਸੈਲਰੀ ਦੇ ਪੱਖੋਂ ਵੀ ਮੇਰਾ ਖਿਆਲ ਹਰਿਆਣੇ ਦੇ ਜਿੰਨੇ ਏਡਿਡ ਕਾਲਜਸ ਨੇ ਕੋਈ ਇੱਦਾਂ ਦਾ ਕਾਲਜ ਨਹੀਂ ਹੈਗਾ ਜਿਹਦੇ 'ਚ ਫਸਟ ਤਰੀਕ ਨੂੰ ਸੈਲਰੀ ਮਿਲ ਜਾਂਦੀ ਹੋਵੇ। ਮਗਰ ਸਾਡਾ ਇਹ ਇਤਿਹਾਸ ਰਿਹਾ ਕਿ ਜਦੋਂ ਦਾ ਸਾਡਾ ਫਾਈਨੈਂਸ਼ੀਅਲ ਕ੍ਰਾਈਸਿਸ ਸਾਡੇ 'ਤੇ ਖਤਮ ਹੋਇਆ ਹੈ, ਅਸੀਂ ਐਂਡ ਆਫ ਦਾ ਮੰਥ 'ਚ ਹਮੇਸ਼ਾ ਸੈਲਰੀ ਦੇ ਪਾਏ ਹਾਂ। ਔਰ ਜਿਹੜੇ ਸਾਡੇ ਰਿਜ਼ਲਟ ਹੈਗੇ ਆ, ਐੱਮ ਐੱਸ ਸੀ ਮੈਥਮੈਟਿਕਸ, ਐੱਮ ਐੱਸ ਸੀ ਕੰਪਿਊਟਰ ਸਾਇੰਸ, ਐੱਮ ਏ ਪੰਜਾਬੀ, ਇਹਨਾਂ 'ਚ ਯੂਨੀਵਰਸਿਟੀ 'ਚ ਵੀ ਇੱਕ ਸਾਡੀ ਚਰਚਾ ਰਹਿੰਦੀ ਹੈ ਹਮੇਸ਼ਾ ਕਿ ਗੁਰੂ ਨਾਨਕ ਖਾਲਸਾ ਕਾਲਜ ਦੀਆਂ ਇੰਨੀਆਂ ਪੁਜੀਸ਼ਨਸ ਕਿੱਦਾਂ ਆਉਂਦੀਆਂ। ਦੈਟ ਇਜ਼ ਆਲ ਡਿਊ ਟੂ ਸਾਡਾ ਸਟਾਫ, ਬਹੁਤ ਮਿਹਨਤ ਕਰਦੇ ਨੇ। ਸਾਡੇ ਇਸ ਕਾਲਜ 'ਚ ਇੱਦਾਂ ਨਹੀਂ ਹੈਗਾ ਕਿ ਕੋਈ ਬੱਚਾ ਇੱਦਾਂ ਜਾ ਰਿਹਾ ਹੋਵੇ ਕੋਰੀਡੋਰ ਦੇ ਵਿੱਚ ਤਾਂ ਸਾਡੇ ਸਟਾਫ ਨੂੰ ਇਹ ਨਾ ਪਤਾ ਹੋਵੇ ਕਿ ਇਹ ਕਿਹੜੇ ਪਿੰਡ ਦਾ ਹੈਗਾ ਅਤੇ ਕਿਹਦਾ ਮੁੰਡਾ ਹੈਗਾ। ਸਾਡੀ ਇੱਥੇ ਤੱਕ ਇੰਟਰੈਕਸ਼ਨ ਹੈਗੀ ਹੈ ਬੱਚਿਆਂ ਦੇ ਨਾਲ। ਔਰ ਮੈਨੇਜਮੈਂਟ ਵੱਲੋਂ ਹਮੇਸ਼ਾ ਵਾਈਡਰ ਹੈਂਡਸ ਦਿੱਤੇ ਗਏ ਹੈ, ਬੜੀ ਖੁੱਲ੍ਹਾ ਜਿਹਾ ਪ੍ਰਿੰਸੀਪਲ ਨੂੰ ਅਸੀਂ ਦਿੱਤਾ, ਪਾਵਰਾਂ ਦਿੱਤੀਆਂ ਨੇ ਕਿ ਕਾਲਜ ਰਿਜ਼ਲਟ ਓਰੀਐਂਟਡ ਹੋਣਾ ਚਾਹੀਦਾ ਕਿ ਹਰ ਸਾਲ ਜਦੋਂ ਕੋਈ ਰਿਜ਼ਲਟ ਆਉਣ। ਔਰ ਮੇਰਾ ਖਿਆਲ ਨਾਲ ਜਿਹੜੇ ਸ਼ਹਿਰ ਦੇ ਲੋਕ ਹੈ ਜਿਹੜੇ ਅਖਬਾਰ ਪੜ੍ਹਦੇ ਹੈ ਰੋਜ਼, ਕਿ ਕੋਈ ਮੇਰਾ ਖਿਆਲ ਹਫ਼ਤਾ ਕੋਈ ਨਿਕਲਦਾ ਹੋਣਾ ਜਦੋਂ ਗੁਰੂ ਨਾਨਕ ਖਾਲਸਾ ਕਾਲਜ ਦਾ ਨਾਂ ਅਖਬਾਰ 'ਚ ਨਹੀਂ ਹੁੰਦਾ। ਇਸ ਗੱਲ ਲਈ ਬੜਾ ਫਕਰ ਮਹਿਸੂਸ ਕਰਦਾ ਔਰ ਬੜਾ ਪ੍ਰਾਊਡ ਫੀਲ ਕਰਦਾ। ਮਗਰ ਇਹ ਸਾਰਾ ਜਿਹੜਾ ਪ੍ਰਯਾਸ ਹੈਗਾ ਇਹ ਸਾਡੇ ਟੀਚਿੰਗ ਸਟਾਫ ਦਾ, ਪ੍ਰਿੰਸੀਪਲ ਸਾਹਿਬ ਦੀ ਮਿਹਨਤ ਹੈਗੀ ਹੈ। ਔਰ ਅੱਜ ਅਸੀਂ ਬਹੁਤ ਚੁਣਿੰਦੇ ਕਾਲਜਾਂ ਦੇ ਵਿੱਚ ਸਾਡਾ ਨਾਂ ਆਉਂਦਾ, ਇਸ ਗੱਲ ਦਾ ਬੜਾ ਫਕਰ ਹੈ ਮੈਨੂੰ। ਸਰ, ਇੱਕ ਵਾਹਿਦ ਕਾਲਜ ਜਿਹਨੇ ਸਿਰਫ ਅਤੇ ਸਿਰਫ ਵਿੱਦਿਆ ਨੂੰ ਦਾਨ ਦੇ ਰੂਪ ਦੇ ਵਿੱਚ ਹੀ ਸੋਚਿਆ, ਔਰ ਜਿਸ ਤਰੀਕੇ ਨਾਲ ਤੁਹਾਡੇ ਵਾਲ ਫਾਦਰ ਸਾਹਿਬ ਨੇ ਆਪਣੀ ਸਾਰੀ ਜ਼ਿੰਦਗੀ ਜਿਹੜੀ ਹੈਗੀ ਆ ਉਹ ਘਰ ਤੋਂ ਜ਼ਿਆਦਾ ਜਿਹੜੀ ਹੈਗੀ ਆ ਇਸ ਇੰਸਟੀਟਿਊਸ਼ਨ ਨੂੰ ਦਿੱਤੀ, ਔਰ ਜਿਸ ਤਰੀਕੇ ਨਾਲ ਉਹਨਾਂ ਨੇ ਜਿਹੜੀ ਆਪਣੀ ਸਾਰੀ ਜ਼ਿੰਦਗੀ ਹੈਗੀ ਆ ਉਹ ਘਰ ਤੋਂ ਜ਼ਿਆਦਾ ਜਿਹੜਾ ਕਾਲਜ ਨੂੰ ਦਿੱਤੀ, ਔਰ ਉਹਨਾਂ ਨੇ ਕਦੇ ਵੀ ਇਹ ਨਹੀਂ ਸੋਚਿਆ ਵੀ ਇਹ ਕਾਲਜ ਹੈ, ਉਹਨਾਂ ਨੇ ਇਹ ਸੋਚਿਆ ਵੀ ਇਹ ਮੈਂ ਇਸ ਚੀਜ਼ ਨੂੰ ਆਪਣੀ ਖੂਨ ਦੇ ਨਾਲ ਸਿੱਝੂੰਗਾ ਪਾਣੀ ਨੂੰ। ਜਿੱਦਾਂ ਤੁਸੀਂ ਕ੍ਰਾਈਸਿਸ ਦੀ ਗੱਲ ਕੀਤੀ, ਐਸੇ ਕ੍ਰਾਈਸਿਸ ਵੀ ਆਏ ਜਦੋਂ ਕੋਈ ਵੀ ਬੰਦਾ ਡੋਲ ਜਾਂਦਾ, ਲੇਕਿਨ ਫਿਰ ਵੀ ਉਹਨਾਂ ਨੇ ਦਿਨ ਰਾਤ ਦੀ ਪਰਵਾਹ ਕੀਤੇ ਬਿਨਾਂ, ਚਾਹੇ ਲੋਕਾਂ ਤੋਂ ਜਿੱਦਾਂ ਮਰਜ਼ੀ ਉਹਨਾਂ ਨੇ ਡੋਨੇਸ਼ਨ ਲਿੱਤਾ, ਜਿੱਦਾਂ ਮਰਜ਼ੀ ਉਹਨਾਂ ਨੇ ਮੇਨਟੇਨ ਕੀਤੀਆਂ ਚੀਜ਼ਾਂ। ਕੀ ਕਹਿਣਾ ਚਾਹੋ? ਮੈਂ ਇਹਦੇ ਬਾਰੇ ਇੱਕ ਗੱਲ ਕਹਿਣਾ ਚਾਹੂੰਗਾ ਜੀ ਕਿ ਜਿਹੜੇ ਪੁਰਾਣੇ ਬੰਦੇ ਸੀਗੇ, ਬਜ਼ੁਰਗ ਸੀਗੇ ਸਾਡੇ 'ਚ, ਇੱਕ ਤਾਂ ਉਹਨਾਂ 'ਚ ਅਣਥੱਕ ਪ੍ਰਯਾਸ ਕਰਨ ਦੀ ਕਪੈਸਿਟੀ ਬਹੁਤ ਜ਼ਿਆਦਾ ਸੀਗੀ, ਡਿਵੋਟਿਡ ਉਹ ਸਾਡੇ ਨਾਲੋਂ ਬਹੁਤ ਕਿਤੇ ਜ਼ਿਆਦਾ ਸੀਗੇ। ਅਸੀਂ ਥੋੜ੍ਹਾ ਜਿਹਾ ਕੰਮ ਕਰਦੇ ਹਾਂ ਤਾਂ ਰਿਜ਼ਲਟ ਚਾਹੁੰਦੇ ਹਾਂ, ਆਪਣੀ ਵਾਹ ਵਾਹ ਚਾਹੁੰਦੇ ਹਾਂ। ਉਹਨਾਂ ਲੋਕਾਂ ਨੇ ਜਿਹੜਾ ਕੰਮ ਕੀਤਾ ਉਹ ਵਾਹ ਵਾਹ ਨਹੀਂ ਕਦੀ ਮੰਗੀ ਉਹਨਾਂ ਨੇ ਲੋਕਾਂ ਤੋਂ, ਉਹਨਾਂ ਨੇ ਸਿਰਫ ਇਹ ਕੀਤਾ ਕਿ ਗੁਰੂ ਨਾਨਕ ਖਾਲਸਾ ਕਾਲਜ ਨੂੰ ਅਸੀਂ ਅਪਲਿਫਟ ਕਰਨਾ ਹੈ, ਇਹ ਸਾਡੀ ਜ਼ਿੰਦਗੀ ਦਾ ਇੱਕ ਉਦੇਸ਼ ਹੈਗਾ। ਜਿਹੜੀ ਤੁਸੀਂ ਗੱਲ ਦੱਸ ਰਹੇ ਹੋ ਕਿ ਕ੍ਰਾਈਸਿਸ ਦੇ ਲਈ ਜਿਸ ਸਰਦਾਰ ਤਾਰਾ ਸਿੰਘ 'ਤੇ ਸੀਗਾ ਗੁਰੂ ਨਾਨਕ ਖਾਲਸਾ ਕਾਲਜ ਦਾ, ਉਸ ਕ੍ਰਾਈਸਿਸ ਨੂੰ ਵੱਧ ਚੜ੍ਹ ਕੇ ਸਰਦਾਰ ਤਾਰਾ ਸਿੰਘ ਦੇ ਨਾਲ ਸਟਾਫ ਨੇ ਉਸ ਕ੍ਰਾਈਸਿਸ ਨੂੰ ਕਦੀ ਸਰਦਾਰ ਤਾਰਾ ਸਿੰਘ ਨੂੰ ਇਹ ਮਹਿਸੂਸ ਨਹੀਂ ਹੋਣ ਦਿੱਤਾ ਕਿ ਸਾਨੂੰ ਸੈਲਰੀ ਨਹੀਂ ਮਿਲੀ, ਸਾਡੇ ਨਾਲ ਆਹ ਪ੍ਰੋਬਲਮ ਹੈ, ਸਾਨੂੰ ਇਹ ਪ੍ਰੋਬਲਮ ਹੈ। ਮਗਰ ਹੁਣ ਮੈਂ ਇੱਕ ਗੱਲ ਜ਼ਰੂਰ ਦੇਖ ਰਿਹਾ ਪਿਛਲੇ 2-3 ਸਾਲ ਤੋਂ ਕਿ ਜਿਹੜੀਆਂ ਸਾਡੀ ਸਟੇਟ ਦੀਆਂ ਸਰਕਾਰਾਂ ਹੈਗੀਆਂ ਉਹਨਾਂ ਦਾ ਕੁਛ ਏਡਿਡ ਕਾਲਜਸ ਦੇ ਪ੍ਰਤੀ
ਬਹੁਤ ਵਧੀਆ ਰੁਝਾਨ ਨਹੀਂ ਹੈਗਾ। ਤੁਸੀਂ ਪੰਜਾਬ 'ਚ ਵੀ ਦੇਖਿਆ ਕਿ ਏਡਿਡ ਕਾਲਜ ਐਜੂਟੇਸ਼ਨ ਕਰ ਰਹੇ ਨੇ, ਸਥਿਤੀ ਸਾਡੇ ਇੱਥੇ ਵੀ ਨੀਅਰ ਫਿਊਚਰ 'ਚ ਇਹੀ ਆਉਣ ਵਾਲੀ ਹੈਗੀ ਆ। ਗੌਰਮੈਂਟ ਚਾਹੁੰਦੀ ਹੈ ਆਪਣੇ ਗੌਰਮੈਂਟ ਕਾਲਜਿਜ਼ ਨੂੰ ਪ੍ਰਮੋਟ ਕਰਨਾ, ਏਡਿਡ ਕਾਲਜਿਜ਼ ਨੂੰ ਉਹ ਥੋੜ੍ਹਾ ਜਿਹਾ ਬੈਕ ਸਟੈਪ 'ਤੇ ਰੱਖ ਦੇਣਾ। ਇਹਦੇ ਲਈ ਮੈਂ ਤੁਹਾਡੇ ਚੈਨਲ ਦੇ ਮਾਰਫਤ ਸਰਕਾਰ ਤੋਂ ਵੀ ਚਾਹੁੰਦਾ ਕਿ ਏਡਿਡ ਕਾਲਜਿਜ਼ ਦੇ ਨਾਲ ਜਿਹੜਾ ਇਹ ਮਤਰੇਵਾ ਵਿਵਹਾਰ ਕੀਤਾ ਜਾ ਰਿਹਾ, ਇਹਦੇ ਤੋਂ ਥੋੜ੍ਹਾ ਜਿਹਾ ਸਰਕਾਰ ਨੂੰ ਪਿੱਛੇ ਹਟਣਾ ਚਾਹੀਦਾ। ਬਹੁਤ ਮਿਹਨਤ ਦੇ ਨਾਲ ਇਹ ਕਾਲਜ ਜਿਹੜੇ ਆ ਅੱਜ ਇਸ ਸਥਿਤੀ 'ਤੇ ਆਏ ਆ। ਇਹ ਦੁਬਾਰਾ ਜੇ ਗੌਰਮੈਂਟ ਦਾ ਮਾੜਾ ਜਿਹਾ ਵੀ ਵਤੀਰਾ ਸਾਡੇ ਨਾਲ ਮਤਰਿਆ ਲੱਗਣ ਲੱਗ ਗਿਆ ਤਾਂ ਸਾਡੀ ਸਥਿਤੀ ਫਿਰ ਵਾਪਸ ਉੱਦਾਂ ਦੀ ਹੋ ਸਕਦੀ ਹੈ। ਸਰ, ਕੀ ਤੁਹਾਡਾ ਫਿਊਚਰ ਪਲੈਨ ਹੈ ਕਿ ਜੋ ਪਿਤਾ ਜੀ ਨੇ ਇਹ ਬੂਟਾ ਲਾਇਆ ਔਰ ਨਾਲ ਇਹਨੂੰ ਆਪਣੇ ਖੂਨ ਨਾਲ ਸਿੰਜਿਆ, ਕਿ ਆਉਣ ਵਾਲੇ ਸਮੇਂ 'ਚ ਔਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਦੇ ਨਾਲ ਇਹ ਜਿਹੜਾ ਕਾਲਜ ਸ਼ੁਰੂ ਹੁੰਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਯੂਨੀਵਰਸਿਟੀ ਦਾ ਰੂਪ ਹੀ ਲਵੇ ਔਰ ਇੱਥੇ ਇਹੋ ਜਿਹੀਆਂ ਚੀਜ਼ਾਂ ਹੋਣ ਵੀ ਲੋਕ ਕਹਿਣ ਵੀ ਹਾਂ ਇਹ ਬੂਟੇ ਜਿਹੜੇ ਲੱਗੇ ਸੀਗੇ ਗੁਰੂ ਨਾਨਕ ਕਾਲਜ ਦੇ ਉਹ ਦੁਨੀਆਂ ਦੇ ਵਿੱਚ ਜਿਹੜਾ ਹੈਗਾ ਉਹ ਖੁਸ਼ਬੂ ਆਪਦੀ ਦਿੰਦੇ ਰਹਿਣ। ਸਰ ਦੇਖੋ, ਕੋਈ ਗੱਲ ਵੀ ਇੱਦਾਂ ਤਾਂ ਹੁੰਦਾ ਨਹੀਂ ਕਿ ਇਹ ਗੱਲ ਹੋ ਨਹੀਂ ਸਕਦੀ, ਮਗਰ ਇੱਕ ਯੂਨੀਵਰਸਿਟੀ ਦਾ ਰੂਪ ਲੈਣਾ ਇਹ ਬਹੁਤ ਅਗਲਾ ਸਟੈਪ ਹੈਗਾ, ਬਹੁਤ ਵੱਡਾ ਸਟੈਪ ਹੈ, ਜਿਹੜੀ ਮੇਰੇ ਖਿਆਲ ਸਾਡੇ 'ਚ ਹਾਲੇ ਸ਼ਮਤਾ ਨਹੀਂ ਹੈਗੀ, ਮਗਰ ਵਾਹਿਗੁਰੂ ਸਾਹਿਬ ਦੀ ਮਿਹਰ ਰਹੀ ਤਾਂ ਖਬਰੇ ਇਹ ਵੀ ਸ਼ਾਇਦ ਹੋ ਜਾਏ। ਦੂਜੀ ਜਿਹੜੀ ਗੱਲ ਹੈਗੀ ਹੈ ਕਿ ਅਸੀਂ ਹੋਰ ਕੀ ਕੁਛ ਕਰਨਾ ਚਾਹੁੰਦੇ ਹਾਂ, ਅਸੀਂ ਇੱਕ ਗੁਰੂ ਨਾਨਕ ਕਾਲਜ ਖਾਲਸਾ ਕਾਲਜ ਦੇ ਨਾਂ 'ਤੇ ਇੱਕ ਸਕੂਲ ਬਣਾਉਣ ਦੀ ਸੋਚ ਰੱਖ ਰਹੇ ਹਾਂ। ਲਗਭਗ ਮੇਰਾ ਖਿਆਲ ਸ਼ਾਇਦ 2 ਮਹੀਨੇ ਜਾਂ 3 ਮਹੀਨੇ 'ਚ ਅਸੀਂ ਕੋਈ ਨਾ ਕੋਈ ਲੈਂਡ ਦੀ ਡੀਲ ਵੀ ਸਾਡੀ ਫਾਈਨਲ ਹੋ ਜਾਏਗੀ। ਜਿਹੜਾ ਸਾਡਾ ਸੋਚ ਹੈਗੀ ਹੈ ਕਿ ਜਿੱਦਾਂ ਸਰਦਾਰ ਤਾਰਾ ਸਿੰਘ ਦੀ ਸੋਚ ਸੀਗੀ ਮੇਰੇ ਵਾਲਿਦ ਸਾਹਿਬ ਦੀ ਕਿ ਇਹ ਕਾਲਜ ਅਪਲਿਫਟ ਹੋਣਾ ਚਾਹੀਦਾ, ਇਸ ਕਾਲਜ ਦੀ ਤਰੱਕੀ ਹੋਣੀ ਚਾਹੀਦੀ ਹੈ, ਅਤੇ ਉਹਦੇ 'ਚ ਸਾਡਾ ਪ੍ਰਯਾਸ ਜਿਹੜਾ ਹੈਗਾ ਉਹਨਾਂ ਦੇ ਬਰਾਬਰ ਨਹੀਂ ਹੋ ਸਕਦਾ ਕਦੀ ਵੀ, ਮਗਰ ਸਾਡਾ ਰੈਗੂਲਰ ਇਹ ਪ੍ਰਯਾਸ ਰਹਿੰਦਾ ਹੈ ਕਿ ਅਸੀਂ ਇਸ ਕਾਲਜ ਨੂੰ ਰੋਜ਼ ਕਿਸੇ ਨਾ ਕਿਸੇ ਬੁਲੰਦੀ ਨੂੰ ਛੂਹੀਏ। ਸਰ, ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਸਾਨੂੰ ਕੀਮਤੀ ਸਮਾਂ ਦਿੱਤਾ। ਵਾਈਸ ਪ੍ਰਿੰਸੀਪਲ ਮੈਡਮ, ਇਹ ਜਿਹੜਾ ਕਾਲਜ ਹੈ ਜਿਹੜਾ ਕਿ ਇੱਕ ਐਸਾ ਗੁਲਦਸਤਾ ਹੈ ਜਿਹਦੇ 'ਚ ਖੁਸ਼ਬੂ ਜਿਸ ਤਰੀਕੇ ਨਾਲ ਤੁਹਾਡੇ ਪ੍ਰੈਜੀਡੈਂਟ ਸਾਹਿਬ ਨੇ ਵੀ ਪ੍ਰਿੰਸੀਪਲ ਸਾਹਿਬ ਨੇ ਕਿਹਾ ਕਿ ਸਾਰੇ ਸਟਾਫ ਦੀ, ਔਰ ਐਸਾ ਸਟਾਫ ਜਿਹੜਾ ਕੰਪਲੀਮੈਂਟ ਦੇ ਨਾਲ ਚੱਲ ਰਿਹਾ ਮੈਨੇਜਮੈਂਟ ਨਾਲ ਵੀ, ਔਰ ਅਸੀਂ ਦੇਖ ਰਹੇ ਹਾਂ ਕਿ ਇੱਕ ਸਾਰੇ ਜਣੇ ਜਿਹੜੇ ਹੈਗੇ ਆਪਸ ਵਿੱਚ ਬੜੀ ਤਰ੍ਹਾਂ ਘੁਲੇ ਮਿਲੇ ਨੇ। ਤੁਸੀਂ ਅੱਜ ਵਾਈਸ ਪ੍ਰਿੰਸੀਪਲ ਇੱਥੇ ਸੇਵਾ ਦੇ ਰਹੇ ਹੋ, ਕੀ ਕਹਿਣਾ ਚਾਹੋਗੇ? ਸਰ, ਕਾਲਜ ਵਿੱਚ ਮੈਂ ਜੁਆਇਨ ਕੀਤਾ 1985 ਵਿੱਚ, ਮੇਰੀ ਜੁਆਇਨਿੰਗ ਸੀ ਅਤੇ ਉਦੋਂ ਅਸੀਂ 19 ਸਟਾਫ ਮੈਂਬਰ ਸੀ, ਸਾਰੇ ਪਰਮਾਨੈਂਟ ਸੀ, ਅਤੇ ਬੜਾ ਅੱਛਾ ਲੱਗਦਾ ਸੀ ਉਸ ਟਾਈਮ ਕਿ ਸਾਰੇ ਅਸੀਂ ਪਰਮਾਨੈਂਟ ਹੈਗੇ ਹਾਂ, ਬੱਚੇ ਹੀ ਲੱਗੇ ਸੀ 23-24 ਸਾਲ ਦੇ। ਪਰ ਜਦੋਂ ਦਸੰਬਰ 'ਚ ਮੈਂ ਜੁਆਇਨ ਕੀਤਾ ਅਤੇ ਉਸ ਤੋਂ ਬਾਅਦ 3 ਮਹੀਨੇ ਬਾਅਦ ਸਾਨੂੰ ਤਨਖਾਹ ਮਿਲੀ ਜਿਹੜੀ 1500 ਰੁਪਏ ਤਨਖਾਹ ਹੁੰਦੀ ਸੀ ਉਸ ਟਾਈਮ, ਅਤੇ ਉਹ ਵੀ ਕਾਲਜ ਨੇ ਵਾਪਸ ਲੈ ਲਿੱਤੀ 3 ਮਹੀਨਿਆਂ ਬਾਅਦ ਜਿਹੜੀ ਮਿਲੀ 500 ਸਾਨੂੰ ਦੇ ਕੇ ਵਾਪਸ ਲੈ ਲਿੱਤੀ। ਪਰ ਸਾਨੂੰ ਜ਼ਰਾ ਵੀ ਮਹਿਸੂਸ ਨਹੀਂ ਹੋਇਆ ਕਿ ਲੱਗਿਆ ਕਿ ਗੁਰੂ ਨਾਨਕ ਖਾਲਸਾ ਕਾਲਜ 'ਚ ਆਏ ਹਾਂ ਅਤੇ ਸਾਨੂੰ ਮਤਲਬ ਵਾਪਸ ਲਿੱਤੀ ਕੋਈ ਗੱਲ ਨਹੀਂ, ਸਾਨੂੰ ਵਾਪਸ ਮਿਲ ਜਾਏਗੀ। ਔਰ ਮਹੀਨੇ ਬਾਅਦ ਵਾਪਸ ਵੀ ਮਿਲ ਗਈ ਅਤੇ ਕ੍ਰਾਈਸਿਸ ਤਾਂ ਉਸ ਟਾਈਮ ਬੜੇ ਸੀ, ਪਰ ਅਸੀਂ ਇੰਨੇ ਮਿਲੇ ਜੁਲੇ ਸੀ ਉਦੋਂ, ਇੰਨੀਆਂ ਜਿਵੇਂ ਨੈਸੈਸਿਟੀ ਆਫ ਲਾਈਫ ਵੀ ਅੱਜ ਕੱਲ੍ਹ ਜਿਵੇਂ ਜ਼ਿਆਦਾ ਨੇ ਸਭ ਕੁਛ, ਉਦੋਂ ਨਹੀਂ ਹੈਗੀਆਂ ਸੀ ਇੰਨੀਆਂ, ਅਤੇ ਉਦੋਂ ਅਸੀਂ ਉਹਦੇ ਵਿੱਚ ਵੀ ਸਾਨੂੰ ਬੜਾ ਅੱਛਾ ਲੱਗਿਆ ਕਿ ਅਸੀਂ ਇੱਕ ਅੱਛੀ ਜਗ੍ਹਾ 'ਤੇ ਪਹੁੰਚ ਗਏ ਹਾਂ, ਕਿ ਗੁਰੂ ਨਾਨਕ ਖਾਲਸਾ ਕਾਲਜ ਦੇ ਅਸੀਂ ਪਰਿਸਰ ਵਿੱਚ ਪਹੁੰਚ ਗਏ ਹਾਂ ਜਿੱਥੇ ਜਾ ਕੇ ਸਾਨੂੰ ਐਸੀ ਕੋਈ ਪ੍ਰੋਬਲਮ ਅੱਗੇ ਨਹੀਂ ਆਏਗੀ। ਅਤੇ ਜਿਹੜੇ ਸਾਡੇ ਸੀਨੀਅਰ ਸੀ ਉਹ ਸਾਨੂੰ ਦੱਸਦੇ ਹੁੰਦੇ ਸੀ ਕਿ ਮੈਡਮ ਨਹੀਂ, ਜਦੋਂ ਅਸੀਂ ਆਏ ਸੀ ਸਾਡੇ ਕੋਲ 100 ਰੁਪਇਆ ਵੀ ਨਹੀਂ ਹੁੰਦਾ ਸੀ, ਅਤੇ ਅਸੀਂ ਪ੍ਰੈਜ਼ੀਡੈਂਟ ਸਾਹਿਬ ਕੋਲ ਜਾਂਦੇ ਸੀ ਸਰਦਾਰ ਤਾਰਾ ਸਿੰਘ ਜੀ ਕੋਲ ਜੀ, ਅਤੇ ਉਹਨਾਂ ਦਾ ਤਾਂ ਇਸ ਕਾਲਜ ਦੇ ਪ੍ਰਤੀ ਮਤਲਬ ਸਾਡੇ ਪ੍ਰਤੀ ਪਿਤਾ ਸਮਾਨ ਅਸੀਂ ਸਮਝਦੇ ਸੀ ਉਦੋਂ, ਉਸ ਟਾਈਮ ਹੁਣ ਵੀ ਪਿਤਰੀ ਤੁਲੇ ਮਤਲਬ ਬਿਲਕੁਲ ਉਹਨਾਂ ਹੀ, ਜਿਸ ਤਰ੍ਹਾਂ ਅਸੀਂ ਆਪਣੇ ਫਾਦਰ ਨੂੰ ਰਿਸਪੈਕਟ ਦਿੰਦੇ ਹਾਂ ਦਿੰਦੇ ਸੀ, ਉਸ ਟਾਈਮ ਉਹਨਾਂ ਨੂੰ ਉਹ ਬਿਲਕੁਲ ਉਹ ਹੀ ਰਿਸਪੈਕਟ ਸੀ, ਵੱਡੇ ਭਰਾ ਸਮਝ ਲਓ ਜਾਂ ਪਿਤਾ ਸਮਾਨ ਸਮਝ ਲਓ, ਉਸ ਤਰੀਕੇ ਦੀ ਸਾਡੀ ਭਾਵਨਾ ਸੀ ਉਹਨਾਂ ਦੇ ਪ੍ਰਤੀ, ਔਰ ਉਹਨਾਂ ਦਾ ਵੀ ਕਾਲਜ ਦੇ ਪ੍ਰਤੀ ਅਟੂਟ ਪ੍ਰੇਮ, ਮਤਲਬ ਅਟੂਟ ਜਿਹੜਾ ਰਿਸ਼ਤਾ ਹੁੰਦਾ ਨਾ ਕਿ ਇੰਨਾ ਅਟੂਟ ਕਿ ਜਿਹੜਾ ਮਤਲਬ ਘਰ ਤੋਂ ਵੀ ਜ਼ਿਆਦਾ, ਜਿਸ ਤੁਸੀਂ ਹੁਣੇ ਪਹਿਲੇ ਵੀ ਗੱਲ ਹੋਈ ਕਿ ਘਰ ਤੋਂ ਵੀ ਜ਼ਿਆਦਾ ਉਹ ਆਪਣੇ ਕਾਲਜ ਦੇ ਪ੍ਰਤੀ ਹਰ ਟਾਈਮ ਸਮਰਪਿਤ ਰਹਿੰਦੇ ਸੀ, ਹਰ ਟਾਈਮ ਸਮਰਪਿਤ। ਮੈਡਮ, ਅੱਜ ਇੱਥੋਂ ਦੇ ਬੱਚੇ ਜਿਹੜੇ ਹੈਗੇ ਨੇ ਤੁਹਾਡੇ ਆਲ ਰਾਊਂਡਰ ਨੇ, ਚਾਹੇ ਉਹ ਵਿੱਦਿਆ ਦਾ ਖੇਤਰ ਹੋਵੇ, ਚਾਹੇ ਉਹ ਖੇਡਾਂ ਦਾ ਖੇਤਰ ਹੋਵੇ, ਚਾਹੇ ਉਹ ਕਲਚਰਲ ਐਕਟੀਵਿਟੀਜ਼ ਦਾ ਹੋਵੇ, ਚਾਹੇ ਉਹ ਵੈਲਿਊਜ਼ ਦਾ ਹੋਵੇ, ਚਾਹੇ ਧਾਰਮਿਕ ਹੋਵੇ, ਤੁਸੀਂ ਬੜੇ ਉਹਨਾਂ ਨੂੰ ਪਰਿਪੱਕ ਬਣਾ ਰਹੇ ਹੋ ਹਰ ਚੀਜ਼ ਦੇ ਵਿੱਚ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਸਾਡੇ ਡਿਵਨਿਟੀ ਦੀ ਕਲਾਸਿਸ ਹੁੰਦੀਆਂ ਨੇ ਕਾਲਜ ਗੁਰਦੁਆਰਾ ਸਾਹਿਬ ਉੱਪਰ ਹੈਗੇ ਨੇ,
ਅਤੇ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਜਿਵੇਂ ਸਾਡਾ ਫਾਊਂਡੇਸ਼ਨ ਡੇ 'ਤੇ ਮਨਾਉਂਦੇ ਹੀ ਮਨਾਉਂਦੇ ਹਾਂ ਅਸੀਂ ਹਰ ਸਾਲ ਫਾਊਂਡੇਸ਼ਨ ਡੇ ਸਾਡਾ ਹਰ ਸਾਲ ਮੰਨਦਾ ਹੀ ਮੰਨਦਾ 23-24-25 ਨਵੰਬਰ ਦੇ ਕਰੀਬ ਮਨਾਇਆ ਜਾਂਦਾ। ਉਸ ਤੋਂ ਬਾਅਦ ਸਾਡੇ ਜਿਹੜੇ ਕਾਲਜ ਦੇ ਬੱਚੇ ਹੈਗੇ ਨੇ ਉਹਨਾਂ ਦੀ ਕਾਲਜ ਦੇ ਪ੍ਰਤੀ ਇੰਨੀ ਡਿਵਨਿਟੀ ਦੇ ਪ੍ਰਤੀ ਭਾਵਨਾ ਹੈਗੀ ਹੈ, ਆਪਣੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਤੀ ਜਾਂ ਆਪਣੇ ਲਿਟਰੇਚਰ ਦੇ ਪ੍ਰਤੀ, ਜਿਹੜੇ ਹਿੰਦੂ ਬੱਚੇ ਵੀ ਨੇ ਉਹਨਾਂ ਦੇ ਵੀ ਅੱਛੇ ਸੰਸਕਾਰ ਨੇ ਕਿ ਮੋਰਲ ਜੋ ਸਾਡੀਆਂ ਵੈਲਿਊਸ ਨੇ, ਜੋ ਐਥਿਕ ਨੇ, ਉਹ ਸਾਡੀਆਂ ਕਿਸ ਪ੍ਰਕਾਰ ਹੋਣੀਆਂ ਚਾਹੀਦੀਆਂ ਨੇ। ਅਤੇ ਇਹ ਸਾਰੀਆਂ ਵੈਲਿਊਸ ਨੂੰ ਸਮਝਦੇ ਹੋਏ ਸਾਡੇ ਬੱਚੇ ਜਿਹੜੇ ਪੁਰਾਣੇ ਓਲਡ ਸਟੂਡੈਂਟ ਵੀ ਹੈਗੇ ਨੇ, ਉਹ ਦੁਬਾਰਾ 3 ਦਿਨ ਦਾ ਫਿਰ ਸਾਡੇ ਕਾਲਜ ਫਾਊਂਡੇਸ਼ਨ ਡੇ ਦੇ ਰੂਪ ਵਿੱਚ ਹੀ ਲਗਾ ਲਓ ਕਿ ਉਹ ਆਪਣੇ ਆਪਣੇ ਲੈਵਲ 'ਤੇ ਹੀ ਕਰਦੇ ਨੇ ਕਿ ਅਸੀਂ ਇਹ ਕਰਾਂਗੇ ਕਿ ਸਾਡਾ ਕਾਲਜ ਦੇ ਪ੍ਰਤੀ ਸਾਡਾ ਪਿਆਰ ਹੈਗਾ। ਉਹ ਜਿੰਨੇ ਵੀ ਐਲੂਮਨਾਈਜ਼ ਹੈਗੇ ਨੇ ਉਹ ਬੱਚੇ ਸਾਰੇ ਇਕੱਠੇ ਹੋ ਕੇ, ਬਹੁਤ ਜ਼ਿਆਦਾ ਸੀਨੀਅਰ ਵੀ ਨਹੀਂ ਹੁੰਦੇ, ਮਤਲਬ ਜਸਟ ਪਾਸ ਆਊਟ ਹੀ ਹੁੰਦੇ ਨੇ, ਅਤੇ ਉਹ ਇਸ ਕਰਕੇ ਉਹ ਬੜਾ ਡਿਵਨਿਟੀ ਦੇ ਵੱਲ ਬੜਾ ਬੱਚਾ ਦਾ ਸਾਡਾ ਧਿਆਨ ਹੈਗਾ। ਔਰ ਬੱਚੇ ਮਤਲਬ ਮੈਂ ਦੂਜੇ ਕਾਲਜ ਨਾਲ ਵੀ ਤੁਲਨਾ ਕਰਾਂ ਅਤੇ ਸਾਡੇ ਕਾਲਜ ਦੇ ਜਿਹੜੇ ਬੱਚੇ ਨੇ ਬੜੇ ਰਿਸਪੈਕਟਫੁਲੀ, ਜਾਂ ਤਾਂ ਅਸੀਂ ਉਹਨਾਂ ਨੂੰ ਜ਼ਿਆਦਾ ਪਿਆਰ ਦਿੰਦੇ ਹਾਂ, ਕੁਛ ਐਸਾ ਉਹਨਾਂ ਦਾ ਆਪਣੇ ਆਪ ਹੀ ਪਿਆਰ ਆ ਜਾਂਦਾ ਉਹਨਾਂ ਨੂੰ, ਅਤੇ ਹਰ ਬੱਚਾ ਪੈਰਾਂ ਨੂੰ ਹੱਥ ਲਗਾਉਣ ਦੀ ਕੋਸ਼ਿਸ਼ ਕਰੇਗਾ, ਬਲਕਿ ਅਸੀਂ ਕਹਾਂਗੇ ਨਹੀਂ ਬੱਚੇ ਕੋਈ ਬਾਤ ਨਹੀਂ ਐਸੇ ਹੀ ਠੀਕ ਰਹਿਤਾ। ਤੋ ਇਸ ਤਰੀਕੇ ਨਾਲ ਅਸੀਂ ਡਿਵਨਿਟੀ ਦਾ ਜਾਂ ਆਲਰਾਊਂਡਰ ਬੱਚੇ ਸਾਡੇ ਸਪੋਰਟਸ ਵਿੱਚ ਬੜੇ ਅੱਛੇ ਬੱਚੇ ਹੈਗੇ ਨੇ, ਇੰਟਰਨੈਸ਼ਨਲ ਚੈਂਪੀਅਨਸ਼ਿਪ ਵੀ ਲੈ ਕੇ ਆਉਂਦੇ ਨੇ, ਓਵਰਆਲ ਯੂਨੀਵਰਸਿਟੀ ਵਿੱਚ ਵੀ ਜਾਂਦੇ ਨੇ, ਹੋਰ ਸਾਡਾ ਜਿਵੇਂ ਯੂਥ ਫੈਸਟੀਵਲ ਬੱਚੇ ਭਾਗ ਲੈਂਦੇ ਨੇ, ਇੰਟਰ ਜੋਨਲ ਤੱਕ ਕਾਫੀ ਸਾਡੇ ਆਈਟਮਸ ਰਿਕਮੈਂਡ ਆਉਂਦੀਆਂ ਨੇ ਹਰ ਵਾਰੀ, ਅਤੇ ਹਰ ਖੇਤਰ ਵਿੱਚ ਜਿਹੜੇ ਬੱਚੇ ਨੇ ਸਾਡੇ ਡੈਕਲੇਮੇਸ਼ਨ ਵਿੱਚ, ਸਿੰਗਿੰਗ ਵਿੱਚ, ਮਿਊਜ਼ਿਕ ਵਿੱਚ, ਹਰ ਪਾਰਟੀਸਪੇਸ਼ਨ ਵਿੱਚ ਸਾਡਾ ਅਹਿਮ ਰੋਲ ਹੁੰਦਾ ਸਾਡੇ ਕਾਲਜ ਦਾ। ਔਰ ਇਹਦੇ ਵਿੱਚ ਮੇਰੇ ਸਾਥੀਆਂ ਦਾ ਪੂਰਨ ਰੂਪ ਨਾਲ ਯੋਗਦਾਨ ਹੁੰਦਾ ਕਿ ਉਹਨਾਂ ਦੀ ਸਹਿਮਤੀ ਤੋਂ ਬਿਨਾਂ ਇੱਥੇ ਕੋਈ ਵੀ ਕਾਰਜ ਨਹੀਂ ਹੋ ਸਕਦਾ, ਸਫਲ ਹੋ ਸਕਦਾ। ਥੈਂਕ ਯੂ ਮੈਡਮ। ਅੱਜ ਇਸ ਕਾਲਜ ਦਾ ਜਿਹੜਾ ਨਾਮ ਹੈ ਗੁਰੂ ਨਾਨਕ ਕਾਲਜ ਦਾ ਨਾਮ, ਉਹ ਕੇਵਲ ਪੰਜਾਬ, ਹਿੰਦੁਸਤਾਨ ਜਾਂ ਹਰਿਆਣੇ 'ਚ ਹੀ ਨਹੀਂ ਹੈ, ਸਾਰੇ ਵਰਲਡ 'ਚ ਹੈ। ਕਿਉਂਕਿ ਜਿਹੜੇ ਬੱਚੇ ਇੱਥੋਂ ਪੜ੍ਹ ਜਾਂਦੇ ਨੇ ਉਹ ਖੁਸ਼ਬੂ ਇੰਨੀ ਫੈਲਾਉਂਦੇ ਨੇ, ਫੋਰਨ ਦੇ ਵਿੱਚ ਵੀ ਅੱਜ ਜਿਹੜੇ ਬੱਚੇ ਚਲੇ ਜਾਂਦੇ ਨੇ ਉਹ ਵੈਲਿਊਜ਼ ਲੈ ਕੇ ਜਾਂਦੇ ਨੇ ਕਾਲਜ ਦੀਆਂ। ਤੁਸੀਂ ਇੱਥੇ ਹੈੱਡ ਹੋ, ਕੀ ਕਹਿਣਾ ਚਾਹੋ? ਦੇਖੋ ਜੀ, ਜਿੱਥੇ ਤੱਕ ਕ੍ਰਾਈਸਿਸ ਦੀ ਗੱਲ ਸਭ ਨੇ ਕੀਤੀ ਹੈ, ਮੇਰੇ ਟਾਈਮ ਤੱਕ ਉਹ ਕ੍ਰਾਈਸਿਸ ਖਤਮ ਹੋ ਚੁੱਕਿਆ ਸੀ। ਫਾਈਨੈਂਸ਼ਲੀ ਪਹਿਲੇ ਤਾਂ ਗੱਲ ਕਰ ਰਹੀ ਹਾਂ, ਕਾਲਜ ਹੁਣ ਸਾਡਾ ਉਹਨਾਂ ਕਾਲਜਾਂ 'ਚੋਂ ਇੱਕ ਹੈਗਾ ਜਿਹਦੇ 'ਚ ਸੈਲਰੀ ਸਾਨੂੰ ਹਰ ਪਹਿਲੀ ਤਰੀਕ ਤੋਂ ਪਹਿਲਾਂ ਹੀ ਮਿਲ ਜਾਂਦੀ। ਪਿੱਛੇ ਹੋਇਆ ਵੀ ਸੀ ਇਹ ਕਿ ਸੈਲਰੀ ਕਾਫੀ ਕਾਲਜਿਸ ਨੂੰ ਕਾਫੀ ਟਾਈਮ ਤੱਕ ਨਹੀਂ ਮਿਲੀ ਸੀ, ਲੇਕਿਨ ਸਾਨੂੰ ਕਾਲਜ ਤੋਂ ਐਡਵਾਂਸ 'ਚ ਹੀ ਮਤਲਬ ਜਿਹੜੀ ਪੇਮੈਂਟ ਹੈ ਹੋ ਜਾਂਦੀ ਸੀ, ਸਾਨੂੰ ਕ੍ਰਾਈਸਿਸ ਕਦੀ ਨਹੀਂ ਹੋਇਆ। ਸਰਦਾਰ ਤਾਰਾ ਸਿੰਘ ਜੀ ਜਹਾਂ ਤੱਕ ਕੱਲ੍ਹ ਉਹਨਾਂ ਦੀ ਤੁਸੀਂ ਸਾਰਿਆਂ ਤੋਂ ਸੁਣੀ ਲਈ, ਕਿਉਂਕਿ ਇੱਕ ਇਹੋ ਜਿਹੀ ਸ਼ਖਸੀਅਤ ਜਿਹਨੇ ਆਪਣੇ ਖੂਨ ਨਾਲ ਸਿੰਚਿਆ, ਤੁਸੀਂ ਵੀ ਕਹੇ, ਅਤੇ ਬਹੁਤ ਘੱਟ ਬੋਲਦੇ ਸੀ ਉਹ, ਲੇਕਿਨ ਉਹ ਸਮੱਸਿਆਵਾਂ ਨੂੰ ਸੁਲਝਾਉਣ ਦਾ ਉਹਨਾਂ ਦਾ ਜਿਹੜਾ ਤਰੀਕਾ ਸੀ ਉਹ ਮੈਂ ਅੱਜ ਤੱਕ ਕਿਸੇ ਹੋਰ 'ਚ ਨਹੀਂ ਦੇਖਿਆ। ਫੈਮਿਲੀ ਵਿੱਚ ਵੀ ਪ੍ਰੋਬਲਮਸ ਆਉਂਦੀਆਂ ਨੇ, ਕਾਲਜ 'ਚ ਵੀ ਆਈਆਂ, ਮੇਰੇ ਟਾਈਮ 'ਤੇ ਵੀ ਆਈਆਂ, ਲੇਕਿਨ ਸਰਦਾਰ ਜੀ ਨੇ ਬਹੁਤ ਹੀ ਅੱਛੀ ਤਰ੍ਹਾਂ ਉਹਨਾਂ ਨੂੰ ਸੋਰਟ ਆਊਟ ਕੀਤਾ। ਬੱਚਿਆਂ ਦੀ ਜਹਾਂ ਤੱਕ ਗੱਲ ਹੈ ਤਾਂ ਉਹਦੀ ਇੱਕ ਸਭ ਤੋਂ ਵੱਡੀ ਅਚੀਵਮੈਂਟ ਸਾਡੇ ਸਟਾਫ ਦੀ, ਕਾਲਜ ਦੀ, ਮੈਨੇਜਮੈਂਟ ਦੀ, ਕਿਉਂਕਿ ਮੈਨੇਜਮੈਂਟ ਨੇ ਸਾਨੂੰ ਫ੍ਰੀ ਹੈਂਡ ਦੇ ਰੱਖਿਆ, ਤੁਹਾਨੂੰ ਪ੍ਰਿੰਸੀਪਲ ਜੀ ਨੇ ਵੀ ਕਿਹਾ ਹੋਣਾ, ਕਿਸੇ 'ਤੇ ਕੋਈ ਰਿਸਟ੍ਰਿਕਸ਼ਨਸ ਨਹੀਂ ਹੈ, ਵੀ ਜਿਵੇਂ ਮਰਜ਼ੀ ਆਪਾਂ ਬੱਚਿਆਂ ਨਾਲ ਵੀ ਟੈਕਲ ਕਰ ਸਕਦੇ ਹਾਂ। ਜਿਹੜਾ ਸਭ ਤੋਂ ਵੱਡਾ ਪਲੱਸ ਪੁਆਇੰਟ ਸਾਡਾ ਆਪਣੀ ਫੈਕਲਟੀ ਦਾ ਉਹ ਹੈਗਾ ਕਿ ਸਾਡੇ ਕੋਲ ਜਿਹੜੇ ਬੱਚੇ ਆਉਂਦੇ ਨੇ, ਅਗਰ ਤੁਸੀਂ ਉਹਨਾਂ ਦਾ ਚੁੱਕੋ ਪਿੱਛੇ ਦਾ ਬੈਕਗਰਾਊਂਡ, ਰੂਰਲ ਏਰੀਆ ਦੇ ਨਾਲ ਨਾਲ ਉਹਨਾਂ ਦੀ ਜਿਹੜੀ ਪਰਸੈਂਟੇਜ ਉਹ ਬਹੁਤ ਹੀ ਲੋਅ ਹੁੰਦੀ ਹੈ, ਬਹੁਤ ਹੀ ਲੋਅ ਨਾਲ ਕੇ ਆਉਂਦੇ ਨੇ, ਲੇਕਿਨ ਜਦੋਂ ਇੱਥੋਂ ਜਾਂਦੇ ਨੇ ਉਹਦੇ 'ਚ ਬਹੁਤ ਜ਼ਿਆਦਾ ਐਕਸਲੈਂਟ ਇੰਪਰੂਵਮੈਂਟ ਹੁੰਦੀ ਉਹਨਾਂ ਦੇ ਬੱਚਿਆਂ ਨੂੰ, ਅਤੇ ਉਹਦਾ ਕ੍ਰੈਡਿਟ ਓਬਵੀਅਸਲੀ ਸਟਾਫ ਨੂੰ ਵੀ ਜਾਂਦਾ, ਸਾਡੀ ਮੈਨੇਜਮੈਂਟ ਨੂੰ, ਸਾਡੀ ਪ੍ਰਿੰਸੀਪਲ ਨੇ ਵੀ ਜਿਨ੍ਹਾਂ ਨੇ ਫ੍ਰੀ ਹੈਂਡ ਦਿੱਤਾ, ਅਤੇ ਖੁਸ਼ਬੂ ਅਤੇ ਸਰ ਜੀ ਆਏਗੀ ਆਏਗੀ ਜਦੋਂ ਸਟਾਫ ਇੰਨੀ ਮਿਹਨਤ ਕਰੇਗਾ। ਡਿਸਿਪਲਿਨ ਦੇਖ ਲਓ ਤੁਸੀਂ, ਡਿਸਿਪਲਿਨ ਪੁਆਇੰਟ ਆਫ ਵਿਊ ਨਾਲ ਵੀ ਸਾਡੇ ਕਾਲਜ ਦੇ ਬਾਕੀ ਸ਼ਹਿਰ ਦੇ ਕਾਲਜਾਂ ਤੋਂ ਬਹੁਤ ਅੱਛਾ ਹੈ। ਕੁੜੀਆਂ ਦਾ ਮਾਹੌਲ ਵੀ ਹੁਣ, ਪਹਿਲੇ ਕੁੜੀਆਂ ਸਾਡੀਆਂ ਘੱਟ ਹੁੰਦੀਆਂ ਸੀ, ਕੁੜੀਆਂ ਦਾ ਜ਼ਿਆਦਾ ਆਉਣ ਦੇ ਪਿੱਛੇ ਰੀਜ਼ਨ ਹੀ ਹੈਗਾ ਕਿ ਇੱਥੇ ਡਿਸਿਪਲਿਨ ਹੈ ਅਤੇ ਸਟਾਫ ਜਿਹੜਾ ਪਰਸਨਲੀ ਕੇਅਰ ਕਰਦਾ ਹੈ। ਵੂਮੈਨ ਸੈੱਲ ਹੈਗਾ, ਉਹ ਵੀ ਬੱਚਿਆਂ ਦੀ ਪ੍ਰੋਬਲਮਸ ਨੂੰ ਟੈਕਲ ਕਰਦਾ, ਸਾਡਾ ਗ੍ਰੀਵੈਂਸਿਸ ਸੈੱਲ ਵੀ ਹੈਗਾ, ਪਹਿਲੇ ਟਿਊਟੋਰੀਅਲਸ ਹੁੰਦੇ ਸੀ, ਹੁਣ ਮੈਂਟਰਸ ਹੈਗੇ ਨੇ, ਅਤੇ ਐਵਰੀਬੋਡੀ ਕੈਨ ਟਾਕ ਟੂ ਐਨੀਬੋਡੀ ਐਨੀ ਟਾਈਮ, ਤੋਂ ਫ੍ਰੀ ਹੈਂਡ ਹੈ। ਇਸ ਕਰਕੇ ਖੁਸ਼ਬੂ ਤਾਂ ਫੈਲਦੀ ਹੈ, ਬੱਚੇ ਡਿਸਿਪਲਿਨ ਆਲਰਾਊਂਡਰ ਹੈਗੇ ਨੇ, ਸਾਰੇ ਸਟਾਫ NSS NCC ਸਪੋਰਟਸ ਸਭ ਆਪਣੇ ਆਪਣੇ ਲੈਵਲ 'ਤੇ ਬਹੁਤ ਲੇਬਰ ਕਰਦੇ। ਥੈਂਕ ਯੂ ਸਰ। ਸਰ, ਯੰਗ ਬਲੱਡਡ ਦੀ ਟੀਮ ਜਿਹੜੀ ਕਿ ਇਸ ਪਿਆਰੇ ਕਾਲਜ ਨੂੰ ਚਲਾ ਰਹੀ ਹੈ, ਔਰ ਤੁਸੀਂ ਬਤੌਰ ਇੱਥੇ ਹੈੱਡ ਆਫ ਦੀ ਡਿਪਾਰਟਮੈਂਟ ਸੇਵਾ ਆਪਣੀ ਦੇ ਰਹੇ ਹੋ, ਕਿਸ ਡਿਪਾਰਟਮੈਂਟ ਨਾਲ ਤੁਸੀਂ? ਹਿੰਦੀ ਡਿਪਾਰਟਮੈਂਟ। ਹਿੰਦੀ ਡਿਪਾਰਟਮੈਂਟ ਸੇ ਆਪ ਸੇਵਾ ਕਰ ਰਹੇ ਹੈਂ, ਕਿਆ ਕਹਿਣਾ ਚਾਹੇਂਗੇ? ਜਬ ਮੇਰਾ ਸਿਲੈਕਸ਼ਨ ਹੁਆ ਸਰ ਯਹਾਂ ਪਰ, ਪਰਮ ਪੂਜਾ ਸਰਦਾਰ ਤਾਰਾ ਸਿੰਘ ਜੀ ਨੇ ਮੁਝੇ ਸਿਲੈਕਟ ਕੀਆ ਯਹਾਂ ਪਰ, ਤੋ ਮੁਝੇ ਜਬ ਮੈਂ ਨਯਾ ਨਯਾ ਆਇਆ ਮੇਰਾ ਮਨ ਥੋੜ੍ਹਾ ਕਮ ਲਗਾ। ਆਜ ਮੈਂ ਯੇ ਪ੍ਰਾਊਡ ਫੀਲ ਕਰਦਾ ਹੂੰ ਕਿ ਮੇਰੇ ਕੋਈ ਇਸਸੇ ਅੱਛਾ ਕਾਲਜ ਨਹੀਂ ਮਿਲ ਸਕਦਾ, ਬਹੁਤ ਬੜੀਆ ਕਾਲਜ। ਔਰ ਹਮਾਰੇ ਜੈਸੇ ਪ੍ਰੈਜੀਡੈਂਟ ਸਰ ਹੈ ਕੰਵਰਜੀਤ ਸਿੰਘ ਪ੍ਰਿੰਸ, ਯੇ ਵੀ ਯੰਗ ਹੈ,
और इनकी हमेशा ये सोच रही है कि यंग ब्लड्स को ही मौका दिया जाए, क्योंकि यंग जो काम कर सकता है, देखो अनुभव अपनी जगह है लेकिन यंग के अंदर एनर्जेटिक होते हैं, उनके अंदर एनर्जी है, वो अच्छा काम कर सकते हैं, यही सोच के उन्होंने हमें मौका दिया। और हम जितना भी हो सकता है, मेरे साथ डॉक्टर देवभूषण भी हैं और भी यंग स्टाफ जितना है, वो अच्छे से अच्छा करने की कोशिश करता है। और विशेष तौर पर जो हमारे कॉलेज की एकेडमिक, तो आप बता दिया सब ने, बहुत अच्छा है, खेलों में भी बहुत अच्छा है, जो हमारे कॉलेज की सांस्कृतिक गतिविधियां हैं वो भी किसी प्रकार से कम नहीं है। हम जोन के अंदर हर साल दूसरे स्थान पर रहते हैं, इस बार हमने कुल 12 पुरस्कार जीते जोनल यूथ फेस्टिवल के अंदर। और एक हमारा लड़का है दिव्यम, बहुत अच्छा वो सिंगर है, गाता है, उसने 5-6 प्राइज तो उस अकेले लड़के ने जीते हैं। हमारे कॉलेज के बहुत सारे लड़के सिंगर हैं, शायद आपने पंजाब के नाम सुना हो, सरताज विर्क, वो हमारे कॉलेज से पढ़ के गया है। फिल्म के अंदर हीरो है अमितोष नागपाल, वो हमारे कॉलेज से पढ़ के गया है। एक अर्श दियोल है, फिल्मों में हीरो है, वो हमारे कॉलेज से पढ़ के गए हैं। और एक अभी लेटेस्ट लड़का पिछले साल ही पास आउट हुआ है, लवप्रीत सिंह, वो भी एक पंजाबी फेमस सिंगर है हमारे कॉलेज का। वाहेगुरु जी की पूरी कृपा है यहाँ पर, और एक बहुत अच्छा माहौल है यहाँ पर। शिक्षा के साथ साथ कला और संस्कृति का जितना अच्छा माहौल इस कॉलेज में मिला है मुझे हरियाणा में, वो कहीं नज़र नहीं आया। हालांकि स्टाफ थोड़ा हमारा कम है, लेकिन जितने स्टाफ हैं वो बड़े टैलेंटेड हैं, बहुत अच्छा वो काम कर रहे हैं और बड़ा आनंद आ रहा है। और दूसरी बात, हमारी मैनेजमेंट बहुत सोबर, बहुत अच्छी है, वेरी पोलाइट। प्रिंसिपल साहब हमारे बहुत पॉजिटिव हैं, बहुत सकारात्मक हैं, इसी चीज़ का मज़ा है। और बच्चे बहुत टैलेंटेड हैं हरियाणा के। सबसे मेन बात है कि यहाँ बच्चे, गरीब बच्चा आता है या कम मेरिट का भी बच्चा आता है, हाई मेरिट का भी आता है। देखो हाई वाला तो जाता ही जाता है, लो मेरिट वाले बच्चे को भी हाई मेरिट में लेके आते हैं। ये यहाँ के यंग स्टाफ और पूरे स्टाफ की मेहनत का नतीजा। सर, क्या कहना चाहेंगे आप इस कॉलेज के बारे में? आई लव माई कॉलेज सर। मैंने 2004 में आई ज्वाइंट हियर एज अ पार्ट टाइम टीचर, और एक लंबा समय जो है मैंने काम किया। उस वक्त पोस्ट जो हैं गवर्नमेंट की तरफ से वो सेंक्शन नहीं थी। 2013 में मैं यहाँ पे परमानेंट हुआ, रेगुलर हुआ, और मेरे कॉलेज की मैनेजमेंट ने, मेरे कॉलेज ने जो है इतना लंबे समय काम करने का मुझे एक रिवार्ड दिया, मुझे परमानेंट किया। तो उसका जो है मैं तहे दिल से अपनी मैनेजमेंट का, अपने कॉलेज का धन्यवादी भी हूँ। और दो तीन बातें जो हैं अपने कॉलेज के बारे में मैं कहूँगा विशेष रूप से। एक तो सैलरी जो है हमारे कॉलेज की कभी भी 1 तारीख से 2 तारीख नहीं होती है। ये हरियाणा का पहला ही ऐसा कॉलेज होगा जिसमें ऐसा होता है, चाहे वो पार्ट टाइम की हो चाहे वो रेगुलर स्टाफ की हो। तो जहाँ तक हमारे मैनेजमेंट के सवाल है, सरदार तारा सिंह जी बहुत कूल थे, तो मैं कहूँगा कि वो वैसे ही थे जैसे इंडियन क्रिकेट टीम के कैप्टन महेंद्र सिंह धोनी हुआ करते थे। और सरदार कंवर सिंह जी प्रिंस जो हैं वो ऐसे हैं जैसे विराट कोहली हैं। तो बहुत बढ़िया योगदान है उनका, तो सर का भी योगदान बहुत ज़्यादा है। वो उनका एक अपना फील्ड है आक्रामक तरीके से काम करना, और बहुत बढ़िया तरीके से काम करते हैं। हमारे जो स्टूडेंट्स हैं वो बहुत वीक हैं, मैडम ने भी जैसा जिक्र किया था। और स्पेशली इंग्लिश के अंदर जो बच्चे आते हैं वो ऐसे आते हैं जिनकी प्लस टू के अंदर कंपार्टमेंट्स होती हैं, लेकिन हमारे पास, हमारा स्टाफ जो है बहुत बढ़िया तरीके से काम करता है। नाउ वी हैव स्टूडेंट हु स्कोर 94 मार्क्स इन इंग्लिश, रजनी हमारे पास है। वी हैव स्टूडेंट कंवर हरतरन सिंह विर्क हु स्कोर 88 मार्क्स इन इंग्लिश। वी हैव मुस्कान जिसने 85 मार्क्स जो है इंग्लिश में गेट किए हैं। तो बड़ी मेहनत से ये काम होता है। और जहाँ तक स्पोर्ट्स की बात है, स्पोर्ट्स में हमारा बहुत रुतबा रहा, लेकिन पिछले 4-5 सालों में, बल्कि 6-7 सालों में मैं कहूँगा, एकेडमिक्स के अंदर हमने बहुत काम किया है। पिछले 4 सालों में अगर हम करें, लगभग 200 यूनिवर्सिटी पोजीशन हमारे कॉलेज की हैं, करनाल के शायद किसी कॉलेज की नहीं होगी। बीए के अंदर हमारे बच्चे वीक रहते हैं, लेकिन इस बार हमारी 2 यूनिवर्सिटी पोजीशन बीए के अंदर भी हैं। तो मैं कहूँगा कि ये कहीं ना कहीं गुरु नानक देव जी की कृपा हमारे ऊपर है। हमारी मैनेजमेंट जो बहुत एफिशिएंट है, हमें फ्री हैंड देती है, हमारे प्रिंसिपल साहब, और जो कोऑर्डिनेशन पूरे स्टाफ का मिलता है उसके कारण ही ऐसा पॉसिबल है। मलि साहब, की थोड़ा एक्सपीरियंस ने इस कॉलेज दे, क्योंकि तुसी इत्थी
अपनी जिंदगी दी जिहड़ी हैगी गेम शुरू कीती और इत्थे तुसीं लोकां दी सेवा कर रहे हो। हाँ जी, मैं इस कॉलेज सन 1980 तो एज ए हैड क्लर्क ज्वाइन किया सी और 2002 तक मैं एज ए अकाउंटेंट हैड क्लर्क, उस तो बाद मैं हैड क्लर्क 2002 तो बाद बन गया जी। 2015 तक मैं हैड क्लर्क के रूप में कॉलेज काम किया और 2015 तो बाद भी 3 साल हो गए मैं एज ए ऑफिस सुपरिटेंडेंट मैं काम कर रहा वहाँ। और कॉलेज के जोड़ा मेरा संबंध है बहुत पुराना है, 1976 के मैं इस कॉलेज एडमिशन लिया सी और 1976 ही ग्रेजुएशन की सी और इस कॉलेज के फिर मैं इतने दोबारा जॉब भी मिल गई और इस कॉलेज के जैन जिम्मेवार मिली ने वह बहुत ही अहम मिलदी रही ने, चाहे वह स्टाफ प्रति सी चाहे प्रिंसीपल सी चाहे विद्यार्थियों नाल सी, सारिया के नाल मेरे बहुत अच्छे संबंध रहे और कभी भी किसी समस्या को आने नहीं दिता गया, हर समस्या को बड़े खिड़े मत्थे और बड़े आराम के नाल असी कवर कर लिया, कभी भी किसी समस्या को ऐसी नहीं आई कि जिद सू मतलब उलझना पिया, चाहे मैनेजमेंट का सवाल से चाहे प्रिंसीपल का सी, 6 प्रिंसीपल मेरे नाल रहे जी और मैं इस वेले कॉलेज सब तो सीनियर मोस्ट हाँ और मैनू कॉलेज की सारिया ही शुरू तो लैके हूँ तक दारिया गतिविधियों का पूरा पता है और किसी तरह का कोई भी सानू कॉलेज अड़चन नहीं, गुरु महाराज की गुरु नानक पातशाह की इस कॉलेज के उपर पूरी मेहर है और इस कॉलेज का ना जोड़ा है वह बहुत ही उत्ते जा रहा है और ये हरियाणे के एक उगे कॉलेजों में एक कॉलेज है, सानू इस गल का पूरा माण है। सर ये कॉलेज जिहड़ा एक सुमेल है ऐसे एरिए दे बच्चे असी देख रहे हैं कि इस कॉलेज दे विच सारा रूरल एरिया जिहड़ा उन्हों तुसीं फीड कर रहे हो और उन्हां बच्चियां दे नाल जिहड़े इत्थों दी क्रीम हैगी आ वह भी है, एक कंबीनेशन है दोनों चीज़ों का और तुसीं इत्थे अपनी सेवा दे रहे हो, की कहना चाहो? इस तरह कि 96 तो मैं इस कॉलेज में हाँ, उस साडे कॉलेज जिहड़ी खूबी है जिहड़े असी दूसरे कॉलेज नालों असी वक्खरता रखते हाँ वो ये है कि साढ़े कॉलेज में 96 तो बाद कभी लड़ाई नहीं हुई, ये सब तो वड्डा फैक्टर है। ये पिछे मैं जो कारण समझदा हाँ कि इन्ना मिलापड़ा जिहा माहौल किवें बन जाता है, किवें बच्चों अंदर इन्ना इस तरह का माहौल आता कि बच्चे जिहड़े आम कॉलेजों में जो लड़ाइया होंदिया रहिंदियां आ, ये पिछे है कि साडे जिहड़ा स्टाफ है ना उन्हां दा बच्चों नाल मेल मिलाप जिहड़ा आ बहुत प्यारा जिहा मेल मिलाप रहिंदा आ, हर बच्चे नूं जिहड़ा आ उह अपना समझदे आ और बच्चे टीचर नूं इत्थे उस तरह दा नहीं समझदे भी इह होऊगा कोई भी टीचर नाल मैं गल किवें करांगा, साडा स्टाफ साडे जिहड़े टीचिंग मैथड्स आ असीं इस तरह लाउंदे आ कि हर बच्चे नाल क्वेश्चन आंसर नहीं करदे आ, हर बच्चे नूं परसनल लेवल ते जाके उहदे नाल गल करदे आ ते उह बच्चा फिर जिहड़ा आ उह अपना बन जांदा आ, वो भावें वह क्रीम वाला क्रीम लेवल का होवे उपरले लेवल का होवे शहर तो आया है या पिंड तो अच्छे लेवल का बच्चा आया या बहुत नीवे लेवल का बच्चा आया है वो सारे सारे जिहड़े जो टीचर अपना समझते हैं अपनी प्रॉब्लम उन्होंने डिस्कस करते हैं तो वह फिर एजुकेशन चंगे ढंग ग्रहण करते हैं तो फिर वह सारे सारे जिहड़े आ क्रीम विच ही कन्वर्ट हो जाते हैं, फिर सानूं इत्थे कोई दिक्कत नहीं आती कि भी ये बच्चे जिहड़े आ बहुत रूरल लेवल तो आए थे तो इन्हों अर्बन लेवल नाल मैचिंग किवें होएगी। दूसरा एक होर कारण है कि असी सिर्फ कल्ला एजुकेशन लैके नहीं चलते, साढ़े बेसिक बच्चे एजुकेशन बहुत टॉप दे आ, साढ़े जिन्ने पीजी डिपार्टमेंट्स आ हर डिपार्टमेंट हर साल 5-6 मैरिट्स जिहड़ियां आ टॉप 10 यूनिवर्सिटी टॉप 10 एवरेज आ रहे हैं, एवरेज मैं गल कर रहा हाँ, पंजाबी डिपार्टमेंट एक बार साढ़े टॉप 10 विचों 9-10 बच्चे आए, 9 पोजिशन तो 10 बच्चे आए, ये साडे कॉलेज की प्राप्ति है टीचिंग विच। ते बाकी साडे सॉफ्टवेयर डिपार्टमेंट हैगा आ साडा MSc ज्योग्राफी आ MSc मैथ्स आ, बच्चे कई वारी तो यूनिवर्सिटी एडमिशन ना लैके चाहते हुए साडे कॉलेज एडमिशन लेना चाहते हैं कि सानू इस MSc मैथ विच एडमिशन मिल जाए या इतने MA मिल जाए MSc सॉफ्टवेयर एडमिशन मिले, इस तरह का माहौल यह बनया। ये पिछले सब तो बड़ा कारण है साडे टीचरों का जिहड़ा कि उन्होंने बिहेव नहीं कर रहे जो ट्रडिशनल भी मेरे कलर उच्चे तो बच्चों मैं गर अखा च अखा पा गल नहीं करनी, असी बच्चों अपने बच्चों ही बच्चे समझ जो कैंपस के अंदर आ जाते वो साढ़े बच्चे बन जाते हैं, अभी उन्होंने अपने बच्चे समझ के ही गल करते हैं उन्होंने उन्होंने बच्चे समझ के ही पढ़ाने हैं, जिस करके प्यार भरया माहौल जोड़ा आ साढ़े कॉलेज में बनया रहा है तो साढ़े जोड़े बच्चे आ एजुकेशन ही नहीं NCC बहुत सारे बच्चे साढ़े जोड़े RD कैंप ला के आए, मैं 20 साल NCC रहा है उस NCC का मेरे परसनैलिटी उत्ते भी असर पिया
ਅਤੇ ਕਿਉਂਕਿ ਹਰ ਵਕਤ ਆਰਮੀ ਵਾਲੇ ਨਾਲ ਟੱਚ ਰਹਿਣਾ, ਉਸ ਕਰਕੇ ਵੀ ਐਨ ਸੀ ਸੀ 'ਚ ਬਹੁਤ ਸਾਡੇ ਬੱਚੇ ਗਏ, ਬਹੁਤ ਸਾਰੇ ਬੱਚਿਆਂ ਨੇ ਐਨ ਸੀ ਸੀ ਦੇ ਥਰੂ ਜਿਹੜੀ ਆ ਉਹ ਜੋਬਸ ਵਿੱਚ ਵੀ ਗਏ। ਇਸੇ ਤਰ੍ਹਾਂ ਹੀ ਐਨ ਐਸ ਐਸ ਵਿੱਚ ਬੱਚੇ ਸਾਡੇ ਬੱਚੇ ਆਰ ਡੀ ਵਿੱਚ ਗਏ, ਐਨ ਐਸ ਐਸ ਥਰੂ ਬਹੁਤ ਸਾਰੀ ਅਚੀਵਮੈਂਟਸ ਐਨ ਐਸ ਐਸ ਵਿੱਚ ਵੀ ਲਈਆਂ ਅਸੀਂ। ਕਲਚਰ ਵਿੱਚ ਵੀ ਸਾਡਾ ਕੋਲਜ ਜਿਹੜਾ ਪਿਛਲੇ ਕਈ ਸਾਲਾਂ ਤੋਂ ਕਰਨਾਲ ਵਿੱਚ ਟੋਪ 'ਤੇ ਰਿਹਾ ਹੈ, ਅਤੇ ਉਹਦੇ ਬਾਰੇ ਤੁਹਾਨੂੰ ਜਿਹੜੇ ਉਹ ਸਾਡੇ ਕਲਚਰ ਡਿਪਾਰਟਮੈਂਟ ਜਿਹੜੇ ਹੈਡ ਆ ਉਹ ਜ਼ਿਆਦਾ ਡਿਟੇਲ ਨਾਲ ਦੱਸ ਸਕਦੇ ਆ। ਪਰ ਇਹ ਸਾਰਾ ਕੁਝ ਰਲਿਆ ਮਿਲਿਆ ਜਦੋਂ ਹੁੰਦਾ ਆ, ਵਨਸ ਜਿੰਨੀਆਂ ਵੀ ਖੁਸ਼ਬੂਆਂ ਦੇ ਸਾਧਨ ਨੇ ਆ ਉਹ ਸਾਰੇ ਜਦੋਂ ਅਸੀਂ ਇਕੱਠੇ ਕਰ ਲੈਂਦੇ ਹਾਂ ਅਤੇ ਫਿਰ ਸਾਡਾ ਜਿਹੜਾ ਕੋਲਜ ਜਿਹੜਾ ਆ ਉਹ ਚੜ੍ਹਾਈਆਂ 'ਤੇ ਸਾਨੂੰ ਜਾਂਦਾ ਨਜ਼ਰ ਆਉਂਦਾ ਹੈ। ਗੁਰੂ ਨਾਨਕ ਕੋਲਜ ਜਿਹੜਾ ਕਿ ਇੱਕ ਬਲੰਡ ਆ ਹਰ ਚੀਜ਼ ਦਾ, ਔਰ ਕਲਚਰਲ ਐਕਟੀਵਿਟੀਜ਼ ਦੇ ਵਿੱਚ ਅਗਰ ਆਪਾਂ ਗੱਲ ਕਰੀਏ ਤਾਂ ਇਸ ਕੋਲਜ ਦੇ ਬੱਚੇ ਜਿਹੜੇ ਹੈਗੇ ਆ ਹਮੇਸ਼ਾ ਮੱਲਾ ਮਾਰਦੇ ਨੇ, ਔਰ ਤੁਸੀਂ ਇਸ ਫੀਲਡ ਦੇ ਹੈੱਡ ਹੋ, ਕੀ ਕਹਿਣਾ ਚਾਹੁੰਦੇ? ਮੈਂ ਇੱਥੇ ਦੀ ਸਟੂਡੈਂਟ ਵੀ ਹੈਗੀ ਹਾਂ, ਮੈਂ ਐੱਮ ਐੱਸ ਸੀ ਜੋਗ੍ਰਾਫੀ ਇੱਥੋਂ ਕੀਤੀ ਹੈ 2005 ਵਿੱਚ, ਅਤੇ ਸਾਡੇ ਪ੍ਰਿੰਸੀਪਲ ਸੀ ਉਹਨਾਂ ਨੇ ਮੈਨੂੰ ਆਈ ਟੋਪ ਦਾ ਕੋਲਜ, ਅਤੇ ਉਹਨਾਂ ਨੇ ਮੈਨੂੰ ਇੱਥੇ ਪਰਮਾਨੈਂਟ ਕੀਤਾ। ਅਤੇ 2008 ਤੋਂ ਮੈਂ ਕਲਚਰਲ ਐਕਟੀਵਿਟੀਜ਼ ਨਾਲ ਜੁੜੀ ਹਾਂ, ਅਤੇ ਉਵੇਂ ਮੇਰੇ ਪਰਿਵਾਰ ਵੱਲੋਂ ਵੀ ਨਾ ਮੇਰੇ ਘਰ ਵਿੱਚ ਬਹੁਤ ਇੰਟਰਸਟ ਹੈਗਾ ਮਿਊਜ਼ਿਕ ਵਿੱਚ, ਅਤੇ ਮੈਂ ਆਪ ਵੀ ਸਟੇਜ ਦੀ ਪਰਫੋਰਮਰ ਰਹੀ ਹਾਂ। ਮੈਂ ਸਿੰਗਿੰਗ ਵਿੱਚ, ਡਾਂਸ ਵਿੱਚ ਕਾਫੀ ਪਾਰਟੀਸਪੇਟ ਕੀਤਾ ਕੋਲਜ ਸਕੂਲ ਲੈਵਲ 'ਤੇ ਵੀ, ਅਤੇ ਮੇਰਾ ਬਹੁਤ ਇੰਟਰਸਟ ਹੈਗਾ, ਪਰਸਨਲ ਇੰਟਰਸਟ ਵੀ ਬਹੁਤ ਹੈਗਾ ਮੇਰਾ। ਅਤੇ ਇੱਥੇ ਤਾਂ ਭਰਮਾਰ ਹੈਗੀ ਆ, ਬਹੁਤ ਯਹਾਂ ਪੇ ਖਜ਼ਾਨਾ ਹੈ ਜਿਸਕੋ ਕਹਿੰਦੇ ਹਾਂ ਬੱਚੋਂ ਕਾ, ਬਹੁਤ ਅੱਛਾ। ਐਂਡ ਸਟੂਡੈਂਟਸ ਜੋ ਹੈ ਭੰਗੜੇ ਮੇ ਔਰ ਐਕਟੀਵਿਟੀਜ਼ ਮੇ ਹਮਾਰੇ ਯਹਾਂ ਪੇ ਬਹੁਤ ਹਮੇਸ਼ਾ ਹੋ ਰਹੇ ਹੈ। ਹਮਾਰਾ ਭੰਗੜਾ ਤੋਂ ਹਮਾਰੀ ਸ਼ਾਨ ਹੈ ਖਾਲਸਾ ਕੋਲਜ ਕੀ। ਉਸਕੇ ਇਲਾਵਾ ਹਮਾਰੇ ਯਹਾਂ ਪੇ ਬਹੁਤ ਸਾਰੇ ਆਈਟਮਸ ਹੈ, ਸਕਿੱਟ ਵੀ ਹੈ ਔਰ ਡਾਂਸ ਹੈ, ਕੋਰੀਓਗ੍ਰਾਫੀ ਹੈ। ਤੋ ਜਬ ਸੇ ਮੈਂ ਯਹਾਂ ਜੁੜੀ ਹੂੰ ਆਰਟ, ਮੁਝੇ 8-9 ਸਾਲ ਹੋ ਗਏ, ਔਰ ਹਮਾਰੀ ਜੋ ਟੀਮ ਹੈ ਵੋ ਬਹੁਤ ਸਟਰੋਂਗ ਟੀਮ ਹੈ, ਬਹੁਤ ਹਮਾਰੇ ਹਾਰਡ ਵਰਕਿੰਗ ਟੀਚਰਸ ਹੈ ਜੋ ਮੇਰੇ ਕੋ ਬਹੁਤ ਹਮੇਸ਼ਾ ਹਮ ਲੋਕ ਸਾਥ ਹੀ ਮਿਲ ਕੇ ਚਲੇ ਹੈ ਐਸੇ। ਅਭੀ ਮੈਂ ਪਿਛਲੇ 3 ਸਾਲ ਸੇ ਕਨਵੀਨਰ ਮੁਝੇ ਬਣਾਇਆ ਗਿਆ, ਤੋ ਹਮ ਲੋਕ ਸਾਥੀਓ ਕੀ ਤਰ੍ਹਾਂ ਹੀ ਸਾਥ ਇੱਕਦਮ ਇਕੁਅਲ ਲੈਵਲ ਪੇ ਹੀ ਕੰਮ ਕਰਤੇ ਹੈ, ਔਰ ਹਮਾਰੇ ਸਟੂਡੈਂਟਸ ਬਹੁਤ ਅੱਛੇ ਹੈ। ਹਮ ਕੋਸ਼ਿਸ਼ ਕਰਦੇ ਹੈ ਜਿੰਨੇ ਵੀ ਹਮਾਰੇ ਕੋਰੀਓਗ੍ਰਾਫਰਸ ਹੈ ਜਾਂ ਜੋ ਹਮਾਰੇ ਡਾਂਸ ਟੀਚਰਸ ਹੈ ਜੋ ਸਿਖਾਤੇ ਹੈ ਭੰਗੜਾ ਵਗੈਰਾ, ਹਮ ਟੋਪ ਕਲਾਸ ਆਪਣੇ ਬੱਚੋਂ ਕੇ ਲਈ ਲੈ ਕੇ ਆਏ। ਮੇਰਾ ਨਾਮ ਮੁਸਕਾਨ ਸ਼ਰਮਾ ਹੈ ਔਰ ਮੈਂ BA 2nd ਈਅਰ ਕੀ ਸਟੂਡੈਂਟ ਹੂੰ। ਮੈਂ ਖਾਲਸਾ ਕੋਲਜ ਮੈਂ ਪੜ੍ਹਦੀ ਹੂੰ, ਔਰ ਹਮਾਰਾ ਕੋਲਜ ਸਪੋਰਟਸ, ਕਲਚਰ ਐਕਟੀਵਿਟੀਜ਼ ਔਰ ਇਨ ਸਭ ਚੀਜ਼ੋਂ ਮੈਂ ਬਹੁਤ ਆਗੇ ਹੈ, ਔਰ ਹਮਾਰਾ ਕੋਲਜ ਮੈਂ ਸਭਸੇ ਜ਼ਿਆਦਾ ਯੂਨੀਵਰਸਿਟੀ ਜੋ ਪੋਜੀਸ਼ਨਸ ਹੋਤੀ ਵੋ ਹਮਾਰੇ ਕੋਲਜ ਸੇ ਹੀ ਆਤੀ ਹੈ, ਔਰ ਮੇਰੇ ਖੁਦ BA 2nd ਫਸਟ ਸੈਮ ਮੈਂ 83% ਮਾਰਕਸ ਹੈ, ਔਰ BA 2nd ਸੈਮ ਮੈਂ BA 83.5% ਮਾਰਕਸ ਹੈ, ਔਰ ਹਮਾਰਾ ਕੋਲਜ ਸਿਰਫ ਅਕੈਡਮਿਕ ਮੈਂ ਤਾਂ ਹੈ ਹੀ ਅੱਛਾ ਹੈ, ਸਾਥ ਹੀ ਸਾਥ ਹਮਾਰੇ ਕੋਲਜ ਮੈਂ ਕਲਚਰ ਪ੍ਰੋ ਐਕਟੀਵਿਟੀਜ਼ ਮੈਂ ਵੀ ਹਮਾਰੇ ਕੋਲਜ ਕਾ ਬਹੁਤ ਅੱਛਾ ਨਾਮ ਹੈ, ਔਰ ਕਰਨਾਲ ਮੈਂ ਈਵਨ ਜਿਤਨੇ ਵੀ ਕੋਲਜਿਸ ਹੈ ਉਸਮੇ ਸਭਸੇ ਜ਼ਿਆਦਾ ਜੋ ਫਸਟ ਜੋ ਪੋਜੀਸ਼ਨਸ ਹੈ ਵੋ ਹਮਾਰੇ ਕੋਲਜ ਕੀ ਹੋਤੀ ਹੈ। ਹਮਾਰੇ ਯੂਥ ਫੈਸਟੀਵਲ ਮੈਂ 12 ਪ੍ਰਾਈਜ਼ ਆਏ ਹੈ ਇਸ ਬਾਰ, ਔਰ ਹਰਿਆਣਵੀ ਸਕਿੱਟ ਹੈ ਹਮਾਰੇ ਕੋਲਜ ਕੀ, ਔਰ ਹਮਾਰੇ ਕੋਲਜ ਕਾ ਭੰਗੜਾ ਹੈ ਜੋ ਐਵਰਗ੍ਰੀਨ ਹੈ, ਔਰ ਹਮਾਰੇ ਕੋਲਜ ਮੈਂ ਬਹੁਤ ਸਾਰੀ ਫੈਸਿਲਿਟੀ ਹੈ, ਔਰ ਇਸ ਸਭ ਕਾ ਜੋ ਪੂਰਾ ਕਾ ਪੂਰਾ ਜੋ ਮੈਂ ਬੋਲੂੰਗੀ ਕਿ ਜੋ ਸ਼੍ਰੇਅ ਹੈ ਵੋ ਹਮਾਰੇ ਟੀਚਰਸ ਕੋ ਜਾਤਾ ਹੈ, ਹਮਾਰੇ ਪ੍ਰਿੰਸੀਪਲ ਸਰ ਕੋ ਜਾਤਾ ਹੈ, ਹਮਾਰੇ ਜੋ ਕਲਚਰ ਐਕਟੀਵਿਟੀਜ਼ ਕੇ ਮੈਮ ਹੈ ਅੰਜੂ ਮੈਮ, ਬੀਰ ਸਿੰਘ ਸਰ, ਔਰ ਹਮਾਰੇ ਜੋ ਡਿਪਾਰਟਮੈਂਟਸ ਕੇ ਡਾਕਟਰ ਦੇਵੀ ਭੂਸ਼ਣ ਸਰ ਹੈ, ਔਰ ਇਹ ਸਾਰੇ ਟੀਚਰ ਕਾ ਹਮੇ ਸਪੋਰਟ ਮਿਲਤਾ ਹੈ ਔਰ ਉਨ੍ਹੀਂ ਕੀ ਵਜ੍ਹਾ ਸੇ ਹਮ ਯਹਾਂ ਤੱਕ ਹੈ। ਮੇਰਾ ਨਾਮ ਰਜਨੀ ਹੈ ਔਰ ਮੈਂ ਇਸ ਕੋਲਜ ਮੈਂ ਪਿਛਲੇ 2.5 ਸਾਲ ਸੇ BA ਕੇ ਛਾਤਰਾ ਹੂੰ, ਔਰ ਅਬ ਇਸ ਸਮੇਂ ਮੈਂ BA 6th sem ਮੈਂ ਪੜ੍ਹ ਰਹੀ ਹੂੰ। ਔਰ ਸਭਸੇ ਪਹਿਲੇ ਤਾਂ ਮੈਂ ਆਪਕੋ ਇਸ ਕੋਲਜ ਕੀ ਮੈਨੇਜਮੈਂਟ ਕੇ ਬਾਰੇ ਮੈਂ ਬਤਾਨਾ ਚਾਹੂੰਗੀ। ਜੋ ਹਮਾਰੀ ਮੈਨੇਜਮੈਂਟ ਹੈ ਵੋ ਪੂਰੀ ਤਰ੍ਹਾਂ ਸੇ ਹਮਾਰਾ ਸਹਿਯੋਗ ਕਰਤੀ ਹੈ, ਔਰ ਜੋ ਹਮਾਰਾ ਜੋ ਕੋਲਜ ਹੈ ਵੋ ਅਕੈਡਮਿਕਲੀ ਵੀ ਬਹੁਤ ਸਟਰੋਂਗ ਹੈ, ਔਰ ਜੋ ਹਮਾਰੀ ਮੈਨੇਜਮੈਂਟ ਹੈ ਵੋ ਹਰ ਸਾਲ 2 ਲੱਖ ਰੁਪਏ ਕੀ ਜੋ ਰਾਸ਼ੀ ਹੈ ਵੋ ਜੋ ਹਮਾਰੇ ਕੋਲਜ ਕੇ ਜੋ ਸਟੂਡੈਂਟਸ ਹੋਤੇ ਹੈ ਜੋ ਇਨਕੇ ਅੱਛੇ ਮਾਰਕਸ ਆਤੇ ਹੈ 60% ਅਬਵ ਹੋਤੇ ਹੈ ਉਨ੍ਹੇ 2 ਲੱਖ ਰੁਪਏ ਕੀ ਰਾਸ਼ੀ ਦੇਤੀ ਹੈ, ਔਰ ਮੁਝੇ ਨਹੀਂ ਲੱਗਤਾ ਕਿ ਐਸਾ ਕੋਈ ਔਰ ਕੋਲਜ ਕਰਤਾ ਹੋਗਾ। ਔਰ ਸਾਥ ਹੀ ਸਾਥ ਜੋ ਹਮਾਰੀ ਮੈਨੇਜਮੈਂਟ ਹੈ ਵੋ ਜੋ 80% ਸੇ ਅਬਵ ਜਿਨਕੇ ਮਾਰਕਸ ਆਤੇ ਹੈ ਜਾਂ ਜੋ ਕੁਰੂਕਸ਼ੇਤਰ ਯੂਨੀਵਰਸਿਟੀ ਮੈਂ ਜਿਨਕੀ ਮੈਰਿਟ ਆਤੀ ਹੈ ਉਨ੍ਹੇ ਵੀ ਜੋ ਹੈ ਇੱਕ ਅੱਛੀ ਰਾਸ਼ੀ ਜੋ ਹੈ ਉਨ੍ਹੇ ਵਿਤਰਿਤ ਕੀ ਜਾਤੀ ਹੈ, ਔਰ ਜਿਨਕੀ ਜੋ MSc ਜੈਸੇ ਹੈ ਉਸਕੇ ਅੰਦਰ ਜਿਨ ਜੋ ਗੋਲਡ ਮੈਡਲਿਸਟ ਬੱਚੇ ਹੋਤੇ ਹੈ ਸਾ ਉਨਕੋ ਵੀ ਜੋ ਹੈ ਜੋ ਹਮਾਰੇ ਪ੍ਰੈਜ਼ੀਡੈਂਟ ਸਾਹਿਬ ਹੈ ਵੋ ਉਨਕੋ ਜੋ ਹੈ 50,000 ਰੁਪਏ ਕਾ ਜੋ ਚੈੱਕ ਹੈ ਵੋ ਆਪਣੀ ਤਰਫ ਸੇ ਹੀ ਦੇਤੇ ਹੈ ਆਪਣੇ ਅਕਾਊਂਟ ਸੇ। ਔਰ ਮੈਂ ਆਪਕੋ ਆਪਣੇ ਸਟਾਫ ਕੇ ਬਾਰੇ ਮੈਂ ਬਤਾਨਾ ਚਾਹੂੰਗੀ, ਜੋ ਅਗਰ ਹਮ ਕਿਸੇ ਦੂਸਰੇ ਕੋਲਜ ਕੇ ਸਟਾਫ ਕੀ ਬਾਤ ਕਰੇ ਤੋ ਉਨਕਾ ਆਪਣੇ ਸਟੂਡੈਂਟਸ ਕੇ ਸਾਥ ਜੋ ਪਰਸਨਲ ਅਟੈਚਮੈਂਟ ਹੈ ਵੋ ਨਹੀਂ ਹੋਤੀ ਹਮਾਰੇ ਕੋਲਜ ਮੈਂ। ਇਹ ਸਭਸੇ ਅੱਛੀ ਚੀਜ਼ ਹੈ ਸਟਾਫ ਕੀ ਕਿ ਹਮਾਰੇ ਸਟਾਫ ਮੈਂ ਪਰਸਨਲ ਅਟੈਚਮੈਂਟ ਬਹੁਤ ਜ਼ਿਆਦਾ ਹੈ। ਅਗਰ ਹਮ ਆਪਣੇ ਜੋ ਹਮਾਰੇ ਟੀਚਰਸ ਹੈ ਉਨਕੇ ਸਟਾਫ ਰੂਮ ਮੈਂ ਕਭੀ ਵੀ ਜਾਤੇ ਹੈ ਤੋ ਵੋ ਹਮਾਰਾ ਜੋ ਹੈ
पूरा सहयोग करते हैं। ये नहीं होता कि हमारे स्टाफ रूम में इस समय नहीं आना या उस समय नहीं आना, ऐसा कुछ नहीं होता। तो फिर हमारा जो स्टाफ है वो भी बहुत ज़्यादा कंट्रीब्यूट करता है, और हमारे जो पूरा जो मैनेजमेंट है, जो टीचर्स हैं, वो सभी हमारा हर चीज़ में सहयोग करते हैं। और जैसे कि मैं BMA हूँ, तो BMA मेरे जो है, मैं डिस्ट्रिक्ट टॉपर भी रही हूँ, और जो मेरे कुशेत्रा यूनिवर्सिटी में भी 13th पोजीशन आई है। तो इस चीज़ को देखते हुए उन्होंने मेरी भी फ़ीस माफ़ की है, और ऐसे और स्टूडेंट्स की भी हर साल ऐसे ही माफ़ की जाती है। तो मैं अपने कॉलेज का और अपने मैनेजमेंट का और अपने जो जितने भी जो स्टाफ टीचर्स हैं, उन सभी का बहुत ज़्यादा धन्यवाद करना चाहती हूँ। और मैं आशा करती हूँ कि आगे भी जो मेरा कॉलेज है वो ऐसे ही बुलंदियों को छुए, और ना ही सिर्फ एकेडमिकली बल्कि हर क्षेत्र में बुलंदियों को छुए। और मैं साथ ही साथ अपने स्टाफ के टीचर जो मुझे सबसे ज़्यादा पसंद हैं, डॉक्टर देवीभूषण सर, उनको अपने दिल से सहयोग करना चाहती हूँ, क्योंकि मैंने आज तक जितने भी प्राइज़ जो मैं डाकदा मिशन्स में, स्पीच कॉम्पिटिशन्स में, ऐसे राइटिंग्स में जो पार्टिसिपेट करती हूँ, वो सिर्फ और सिर्फ उन्हीं की वजह से है। तो मैं डॉक्टर देवीभूषण सर को बहुत ज़्यादा धन्यवाद करना चाहती हूँ, एंड थैंक यू।